ਉਹਨਾਂ ਦੇ ਪਰਿਵਾਰ ਵੱਲੋਂ 10,000 ਰੁਪਇਆ, ਸਰਦਾਰ ਗੁਰਪ੍ਰੀਤ ਸਿੰਘ ਜੀ ਤੂਰ ਦੁਬਈ ਵਾਲੇ, ਸਪੁੱਤਰ ਸਰਦਾਰ ਬਲੌਰ ਸਿੰਘ ਜੀ ਤੂਰ 11,000 ਰੁਪਇਆ, ਸਰਦਾਰ ਗੁਰਪ੍ਰੀਤ ਸਿੰਘ ਜੀ ਤੂਰ ਕੈਨੇਡੀਅਨ ਸਪੁੱਤਰ ਸਰਦਾਰ ਸੁਖਮੰਦਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ 11,000 ਰੁਪਇਆ, ਸਰਦਾਰ ਹਰਦੀਪ ਸਿੰਘ ਜੀ ਤੂਰ ਮਨੀਲਾ, ਸਪੁੱਤਰ ਸਰਦਾਰ ਚੰਦ ਸਿੰਘ ਜੀ ਤੂਰ 10,000 ਰੁਪਇਆ, ਸਰਦਾਰ ਜਗਸੀਰ ਸਿੰਘ ਜੀ ਸੀਰਾ ਕੈਨੇਡਾ, ਸਵਰਗਵਾਸੀ ਗੁਰਦੇਵ ਸਿੰਘ ਜੀ ਫੌਜੀ ਉਹਨਾਂ ਦੇ ਪਰਿਵਾਰ ਵੱਲੋਂ 10,000 ਰੁਪਇਆ, ਜਿਨ੍ਹਾਂ ਦਾਨੀ ਸੱਜਣਾ ਨੇ ਸਾਡੇ ਇਸ ਟੂਰਨਾਮੈਂਟ ਨੂੰ ਦਾਨ ਦਿੱਤਾ ਹੈ ਕਿ ਅਮੀਰ ਹੋਊ ਤੇ ਬੰਦਾ ਆਪਣੇ ਘਰੇ ਹੋਊ, ਜੇਕਰ ਦਾਨੀ ਤੇ ਇਨਸਾਨ ਹੈ ਨੀ, ਜਿਹੜਾ ਕਰਦਾ ਨੀ ਦਸਵੰਦ ਗੁਰੂ ਕਰਦਾ, ਉਹ ਦੋਹਾਂ ਜਹਾਨਾਂ ਚ ਪ੍ਰਵਾਨ ਹੈ ਨੀ। ਸੋ ਜਿਹੜੇ ਵੀਰਾਂ ਸੱਜਣਾ ਦੀ ਮੈਕ ਸਹਾਇਤਾ ਰਹਿੰਦੀ ਹੈ, ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਟੂਰਨਾਮੈਂਟ ਕਮੇਟੀ ਨੂੰ ਜਲਦੀ ਤੋਂ ਜਲਦੀ ਆਪਣੇ ਮੈਕ ਸਹਾਇਤਾ ਦੇਣ। ਅੱਜ ਇੱਥੇ ਕਬੱਡੀ ਓਪਨ ਦੇ ਵਿੱਚ ਬੈਸਟ ਰੇਡਰ ਦੇ ਬੈਸਟ ਜਾਪੀ ਨੂੰ ਐਨਸੀਡੀਆਂ ਦਿੱਤੀਆਂ ਜਾਣੀਆਂ, ਉੱਥੇ ਹੀ ਕਬੱਡੀ 70 ਕਿਲੋ ਦੇ ਬੈਸਟ ਜਾਪੀ ਦੇ ਬੈਸਟ ਰੇਡਰ ਦੇ ਲਈ ਰੰਗਦਾਰ ਟੀਵੀ ਹੋਵੇਗਾ। ਕਿਹੜੀ ਟੀਮ ਜੇਤੂ ਆ ਜੀ? ਸਾਫਵਾਲ ਦੀ ਟੀਮ ਜੇ
ਹੈਲੋ ਹੈਲੋ ਕਬੱਡੀ 70 ਕਿਲੋ ਪਹਿਲਾ ਮੈਚ ਹੋਵੇਗਾ। ਚੜਕ ਤੇ ਰੋਡੇ ਵੀ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ। ਚੜਕ ਤੇ ਰੋਡੇ ਨਿਧਾ ਵਾਲਾ ਤੇ ਭਲੂਰ ਚੂੜ ਚੱਕ ਤੇ ਕਾਲੇ ਕੇ ਧੱਲੇ ਕੇ ਤੇ ਕਣਿਆਲ ਜਨੇਰ ਤੇ ਛੂਸ਼ਕ ਖੋਸਾ ਕੋਲਾ ਤੇ ਔਗੜ ਭਿੰਡਰ ਤੇ ਸੱਦਾ ਸਿੰਘ ਵਾਲੇ ਦਾ ਮੈਚ ਚੱਲਦਾ ਹੋਇਆ। ਹੈਲੋ ਕਬੱਡੀ 70 ਕਿਲੋ ਵਰਗ ਦਾ ਪਹਿਲਾ ਮੈਚ। ਚੜਕ ਤੇ ਰੋਡੇ ਦੀਆਂ ਟੀਮਾਂ ਨੂੰ ਬੇਨਤੀ ਹੈ ਕਿ ਜਲਦੀ ਜਲਦੀ ਗਰਾਊਂਡ ਵਿੱਚ ਆਉਣ। ਚੜਕ ਤੇ ਰੋਡੇ ਨਿਧਾ ਵਾਲਾ ਤੇ ਭਲੂਰ ਚੂੜ ਚੱਕ ਤੇ ਕਾਲੇ ਕੇ ਧੱਲੇ ਕੇ ਤੇ ਕੜਿਆਲ ਜਨੇਰ ਤੇ ਛੂਸ਼ਕ ਖੋਸਾ ਕੋਲਾ ਤੇ ਔਗੜ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ। ਲਓ ਸਾਹਮਣੇ ਭਿੰਡਰ ਤੇ ਸੱਦਾ ਸਿੰਘ ਵਾਲੇ ਦਾ ਚੱਲਦਾ ਹੋਇਆ ਮੁਕਾਬਲਾ। ਲਓ ਸਾਹਮਣੇ ਸੱਦਾ ਸਿੰਘ ਵਾਲੇ ਦੀ ਧਰਤੀ ਦਾ ਬੂਟਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ। ਤਿੰਨ ਜਾਪੀ ਪਿੰਡਰਾਂ ਦੀ ਧਰਤੀ ਦੇ ਨੇ ਕਿ ਪਿੰਡਰਾਂ ਦਾ ਸ਼ੀਰਾ ਲੋਕ ਕੌਡੀ ਜਦ ਪਾਉਂਦਾ ਸੀ ਕਿ ਲੈ ਕੇ ਉਹ ਅੰਕ ਫਿਰ ਨੱਚਦਾ ਹੀ ਆਉਂਦਾ ਸੀ ਕਿ ਪਿੰਡਰਾਂ ਦਾ ਸ਼ੀਰਾ ਕੌਡੀ ਜਦ ਪਾਉਂਦਾ ਸੀ। ਲਓ ਸਾਹਮਣੇ ਇਸ ਸਮੇਂ ਸੱਦਾ ਸਿੰਘ ਵਾਲੇ ਦੀ ਧਰਤੀ ਦਾ ਬੂਟਾ ਕਬੱਡੀ ਕਬੱਡੀ ਕਰਦਾ ਹੋਇਆ। ਲਓ ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਧਾਵਾ ਕਿ ਮਾੜਾ ਖੇਡ ਕੇ ਹੀ ਹੁੰਦਾ ਸਦਾ ਤਕੜਾ ਤੇ ਸਿੱਧਾ ਨੀ ਕੋਈ ਤਕੜਾ ਜੰਮਦਾ ਜਿਹੜਾ ਰਾਤੇ ਰਾਤ ਬੰਨ ਨੂੰ ਫਿਰੇ ਸਤਾਰ ਉਹ ਬੰਦਾ ਰਹਿੰਦਾ ਨੀ ਕਿਸੇ ਕੰਮ ਦਾ ਕਿ ਲੰਘੇ ਅੰਤ ਗੱਲਾਂ ਸੱਚ ਲਿਖਦਾ ਕਿ ਹੌਲੀ ਹੌਲੀ ਬੰਦਾ ਪੌੜੀ ਚੜ੍ਹਨ ਸਿੱਖਦਾ ਕਿ ਹੌਲੀ ਹੌਲੀ ਬੰਦਾ ਪੌੜੀ ਚੜ੍ਹਨ ਸਿੱਖਦਾ। ਲਓ ਸਾਹਮਣੇ ਸੰਦੀਪ ਪਿੰਡਰਾਂ ਦੀ ਧਰਤੀ ਦਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਜਿੱਥੋਂ ਦੇ ਗੋਲ ਦੀ ਬਾਬੇ ਵਰਗੇ ਰਮਣੇ ਵਰਗੇ ਮਹਾਨ ਕਬੱਡੀ ਖਿਡਾਰੀਆਂ ਦਾ ਨਜ਼ਰ ਹੈ ਤੇ ਪੁਆਇੰਟ ਇਸ ਸਮੇਂ ਪਿੰਡਰਾਂ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ। ਅਗਲੀਆਂ ਟੀਮਾਂ ਚੜੇ ਕਿਤੇ ਰੋਡਿਆਂ ਦੀਆਂ ਟੀਮਾਂ ਨੂੰ ਬੇਨਤੀ ਹੈ ਕਬੱਡੀ 70 ਕਿਲੋ ਵਰਗ ਦੀਆਂ ਤੋਂ ਜਲਦੀ ਗਰਾਊਂਡ ਵਿੱਚ ਆਉਣ। ਲਓ ਸਾਹਮਣੇ ਇਸ ਸਮੇਂ ਸੱਦਾ ਸਿੰਘ ਵਾਲੇ ਦਾ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ। ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਧਾਵਾ ਤਿੰਨ ਜਾਪੀ ਪਿੰਡਰਾਂ ਦੀ ਧਰਤੀ ਦੇ ਨੇ। ਲਓ ਸਾਹਮਣੇ ਇਸ ਸਮੇਂ ਹਲਕਾ ਜਿਹਾ ਟੈਕ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਕਿ ਪਿੜਦੇ ਨੇ ਸਾਨ ਵੇਖੇ ਸਾਰਾ ਜੱਗ ਪਈ ਕਿ ਮਾਰ ਮਾਰ ਧੌਲਾ ਕੱਢਣਗੇ ਅੱਗ ਪਈ ਕਿ ਕੌਣ ਕਿਨੇ ਪਾਣੀ ਵਿੱਚ ਅੱਜ ਪਤਾ ਜਾਣਾ ਲੱਗ ਪਈ ਅੱਜ ਕੌਣ ਕਿਨੇ ਕੇ ਪਾਣੀ ਦੇ ਵਿੱਚ ਹੈ ਅੱਜ ਖੋਸਾ ਕੋਲਾ ਦੀ ਪਾਵਨ ਤੇ ਪਵਿੱਤਰ ਧਰਤੀ ਹੈ ਜਿੱਥੇ ਸੰਤ ਬਾਬਾ ਫਤਿਹ ਸਿੰਘ ਜੀ ਦੀ ਪੂਰੀ ਅਪਾਰ ਕਿਰਪਾ ਇਸ ਨਗਰ ਦੇ ਉੱਤੇ। ਲਓ ਸਾਹਮਣੇ ਪਿੰਡਰਾਂ ਵਾਲਾ ਗੱਭਰੂ ਇਸ ਸਮੇਂ ਕੱਦ ਭਾਵੇਂ ਛੋਟਾ ਹੈ ਤੇ ਕੰਮ ਵੱਡੇ ਕਰ ਜਾਂਦਾ ਹੈ। ਲਓ ਸਾਹਮਣੇ ਇਸ ਸਮੇਂ ਗੱਭਰੂ ਡੱਕਣ ਦੀਆਂ ਗੱਲਾਂ ਰੱਖਣ ਦੀਆਂ ਗੱਲਾਂ। ਲਓ ਸਾਹਮਣੇ ਚੱਲਦਾ ਹੋਇਆ ਮੈਚ ਕਿ ਚੂੜੀਆਂ ਚੜਾਉਂਦਾ ਬੇਈਮਾਨ ਹੋ ਗਿਆ ਕਿ ਮੇਰੀ ਬਾਂਹ ਨਾ ਛੱਡੇ ਬਣਜਾਰਾ ਕਿ ਚੂੜੀਆਂ ਚੜਾਉਂਦਾ। ਚੜਕ ਦੇ ਰੋਡਿਆਂ ਦੀ ਟੀਮ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਵੇ। ਲਓ ਸਾਹਮਣੇ ਸੰਦੀਪ ਪਿੰਡਰਾਂ ਦੀ ਧਰਤੀ ਦਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਤੇ ਪੁਆਇੰਟ ਪਿੰਡਰਾਂ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਲਓ ਸਾਹਮਣੇ ਸੱਦਾ ਸਿੰਘ ਵਾਲੇ ਦਾ ਗੱਭਰੂ ਇਸ ਸਮੇਂ
ਕਬੱਡੀ ਕਬੱਡੀ ਕਰਦਾ ਹੋਇਆ ਲਓ ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਧਾਵਾ ਕਿ ਨਹੀਂ ਇਹ ਲੱਭਣਾ ਹੁਸਨ ਪੰਜਾਬ ਵਰਗਾ ਕਿ ਨਾ ਹੀ ਫੁੱਲ ਤੇ ਨਾ ਫੁਲਕਾਰੀਆਂ ਨੇ ਕਿ ਯਾਰ ਹੋਇਆ ਕਿ ਯਾਰ ਦੀ ਖਾਤਰ ਮਰਨ ਵਾਲਾ ਝੂਠੀ ਟੌਰ ਤੇ ਖੋਕੀਆਂ ਯਾਰੀਆਂ ਨੇ ਵੀ ਜੰਗ ਇਸ਼ਕੇ ਦੀ ਹੋਵੇ ਭਾਵੇਂ ਦੁਸ਼ਮਣੀ ਦੀ ਕਿ ਮੱਲਾ ਤੁਸਾਂ ਪੰਜਾਬੀਆਂ ਮਾਣੀਆਂ ਨੇ ਕਿ ਮੱਖਣ ਬਰਾੜ ਦੇ ਕੁਮਲੀ ਕੁੱਲ ਦੁਨੀਆ ਸੱਚੀ ਵਿੱਚ ਪੰਜਾਬ ਸਰਦਾਰੀਆਂ ਨੇ ਸੱਚੀ ਵਿੱਚ ਪੰਜਾਬ ਸਰਦਾਰੀਆਂ ਨੇ ਕਹਿੰਦੇ ਵੀ ਪੰਜਾਬੀਆਂ ਨੇ ਆਪਣੀਆਂ ਸਰਦਾਰੀਆਂ ਵੀ ਬਰਕਰ ਰੱਖਿਆ ਕਰਾਰ ਰੱਖੀਆਂ ਲਓ ਸਾਹਮਣੇ ਅਸਲ ਵਿੱਚ ਪਿੰਡਰਾਂ ਵਾਲਾ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਲਓ ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਧਾਵਾ ਵੇਖੋ ਕੀ ਬਣਦਾ ਕੀ ਜੁੜਦਾ ਰਹਿੰਦਾ ਕਿ ਮੁੜਦਾ ਮੁਕਾਬਲਾ ਬਿਲਕੁਲ ਸਖਤਾ ਕਿ ਉੱਡਦੀ ਧੂੜ ਦਿਸੇ ਕਿ ਪੁੱਤਾ ਯਾਰ ਦਾ ਨਜ਼ਰ ਨਾ ਆਵੇ ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਵੇਖੋ ਕੀ ਬਣਦਾ ਇਹਦਾ ਫੈਸਲਾ ਇਸ ਸਮੇਂ ਕਹਿੰਦੇ ਵੀ ਚੱਲਦਾ ਹੋਇਆ ਮੁਕਾਬਲਾ ਸਮੇਂ ਦੀਆਂ ਘੜੀਆਂ ਵੀ ਟਿੱਕ ਟਿੱਕ ਕਰਦੀਆਂ ਨੇ ਸਦਾਸਿਆਂ ਵਾਲੇ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਚੜਕਦੇ ਰੋਟਿਆਂ ਦੀ ਟੀਮ ਜਲਦੀ ਤੋਂ ਜਲਦੀ ਗਰਾਉਂਡ ਵਿੱਚ ਆਵੇ ਚੜਕਦੇ ਰੋਟੇ ਚੂੜ ਚੱਕ ਦੇ ਕਾਲੇ ਕੇ ਧੱਲੇ ਕੇ ਤੇ ਕਲਿਆਰ ਜਨੇਰ ਤੇ ਛੂਸ਼ਕ ਨਿਦਾ ਵਾਲਾ ਤੇ ਭਲੂਰ ਕੋਸਾ ਕੋਲਾ ਤੇ ਔਕੜ ਇਹ ਵੀ ਕਬੱਡੀ ਸੱਤਰ ਕਿਲੋ ਵਾਲੀ ਦੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਉਂਡ ਵਿੱਚ ਆਉਣ ਲਓ ਸਾਹਮਣੇ ਸਦਾ ਸਿੰਘ ਵਾਲੇ ਦਾ ਬੂਟਾ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਤੇ ਹਲਕਾ ਜਿਹਾ ਟੈਗ ਦੇ ਪੁਆਇੰਟ ਸਦਾ ਸਿੰਘ ਵਾਲੇ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾਕ ਬੰਦੀ ਲਓ ਸਾਹਮਣੇ ਸੰਦੀਪ ਭਿੰਡਰਾਂ ਦੀ ਧਰਤੀ ਦਾ ਐਸਾ ਜਿੱਥੋਂ ਦੇ ਬਾਬੇ ਵਰਗੇ ਰਮਣੇ ਵਰਗੇ ਰਾਜੂ ਵਰਗੇ ਕਹਿੰਦੇ ਵੀ ਪ੍ਰਸਿੱਧ ਕਬੱਡੀ ਖਿਡਾਰੀਆਂ ਦਾ ਨਗਰ ਹੈ ਲਓ ਸਾਹਮਣੇ ਇਸ ਸਮੇਂ ਸਦਾ ਸਿੰਘ ਵਾਲੇ ਗੱਭਰੂ ਪਿਛਲੇ ਦਿਨੀ ਵਧੀਆ ਕਬੱਡੀ ਦਾ ਕੱਪ ਕਰਵਾਇਆ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਧਰਤੀ ਤੇ ਲਓ ਸਾਹਮਣੇ ਕਿ ਨਾ ਕੋਈ ਉਹਦੇ ਵਰਗਾ ਹੋਇਆ ਤੇ ਨਾ ਕੋਈ ਉਹਦੇ ਵਰਗਾ ਹੋਣਾ ਕਿ ਜੁਗਾ ਜੁਗਾ ਤੱਕ ਗੱਲਾਂ ਚੱਲਦੀਆਂ ਰਹਿਣਗੀਆਂ ਉਸ ਦਰਵੇਸ਼ ਦੀਆਂ ਕੌਣ ਕਰੂਗਾ ਰੇਸਾਂ ਕਲ ਕੀ ਤਰ ਦਸ਼ਮੇਸ਼ ਦੀਆਂ ਇਸ ਤੋਂ ਅੱਗੇ 70 ਦੀਆਂ ਟੀਮਾਂ ਨੂੰ ਵੀਰ ਅਨਾਊਂਸ ਕਰਕੇ ਬੁਲਾ ਲਾ ਚੱਲਦੇ ਮੈਚ ਦੇ ਵਿੱਚ 70 ਦੀਆਂ ਟੀਮਾਂ ਨੂੰ ਬੁਲਾਈ ਚੱਲੋ ਅਕਬਾਲ ਸਿੰਘ ਜੀ ਬਲਾਕ ਸੰਮਤੀ ਮੈਂਬਰ ਸਾਡੇ ਬੋਲਾਂ ਤੋਂ ਖੁਸ਼ ਹੋ ਕੇ ਵਿਸ਼ੇਸ਼ ਮਾਨ ਸਨਮਾਨ ਦੇ ਗਏ ਨੇ ਬਹੁਤ ਬਹੁਤ ਧੰਨਵਾਦ ਹੈ ਕਬੱਡੀ 70 ਕਿਲੋ ਵਰਗ ਦੀਆਂ ਟੀਮਾਂ ਗਰਾਊਂਡ ਵਿੱਚ ਆਉਣ ਚੜਕਦੇ ਰੋਡੇ ਜਿੱਥੇ ਵੀ ਵਾਸ ਹੁੰਦੇ ਨੇ ਚੜਕਦੇ ਰੋਡੇ ਚੂੜ ਚੱਕ ਦੇ ਕਾਲੇ ਕੇ ਧੱਲੇ ਕੇ ਤੇ ਕੜਿਆਲ ਜਨੇਰ ਤੇ ਛੂਸ਼ਕ ਇਸੇ ਨਾਲ ਮੈਂ ਸਮਾਪਤ ਕਿਹੜੀ ਟੀਮ ਜੇਤੂ ਹੈ ਜੀ ਬਾਈ ਹੈਪੀ ਭਿੰਡਰਾਂ ਦੀ ਟੀਮ ਜੇਤੂ ਹੈ ਨੋਟ ਕਰ ਲਓ ਭਿੰਡਰ ਬਾਈ ਰਾਜੂ ਪਿੰਡਰ ਜੇਤੂ ਹੈ ਜੀ ਪਿੰਡਰ ਆਓ ਜੀ ਚੜਕਦੇ ਰੋਡੇ 70 ਕਿਲੋ ਦਾ ਮੈਚ ਹੋਵੇਗਾ ਚੜਕਦੇ ਰੋਡੇ ਚੜਕਦੇ ਰੋਡੇ ਚੂੜ ਚੱਕ ਦੇ ਕਾਲੇ ਕੇ ਚੂੜ ਚੱਕ ਦੇ ਕਾਲੇ ਕੇ ਧੱਲੇ ਕੇ ਤੇ ਕੜਿਆਲ ਜਨੇਰ ਤੇ ਛੂਸ਼ਕ ਨਿਹਾਂ ਵਾਲਾ ਤੇ ਭਲੂਰ ਖੋਸਾ ਕੋਲਾ ਤੇ ਔਕੜ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ ਕਿਹੜੀ ਟੀਮ ਆਈ ਹੈ ਜੀ ਰੋਡਿਆਂ ਦੀ ਟੀਮ ਗਰਾਊਂਡ ਵਿੱਚ ਆ ਪਹੁੰਚ ਚੁੱਕੀ ਹੈ ਚੜਕ ਦੀ ਟੀਮ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਵੇ ਚੜਕ ਦੀ ਟੀਮ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਵੇ ਰੋਡਿਆਂ ਦੀ ਟੀਮ ਗਰਾਊਂਡ ਵਿੱਚ ਪਹੁੰਚ ਚੁੱਕੀ ਹੈ ਅਗਲੀਆਂ ਟੀਮਾਂ ਚੂੜ ਚੱਕ ਦੇ ਕਾਲੇ ਕੇ ਧੱਲੇ ਕੇ ਤੇ ਕੜਿਆਲ ਜਨੇਰ ਤੇ ਛੂਸ਼ਕ ਨਿਦਾਵਾ ਤੇ ਭਲੂਰ ਖੋਸਾ ਕੋਟਲਾ ਨੇ ਖੇਡਣਾ ਔਕੜਾਂ ਦੇ ਨਾਲ ਹੈਲੋ ਕੇਵਲ ਵਾਲੇ ਵੀਰ ਨੂੰ ਬੇਨਤੀ ਆ ਵੀ ਤੇਰਾ ਜਿਹੜਾ ਲਾਈਵ ਪ੍ਰੋਗਰਾਮ ਚੱਲਦਾ ਉਹ ਪਿੰਡ ਦੇ ਵਿੱਚ ਪ੍ਰੋਬਲਮ ਆ ਰਹੀ ਆ ਕੋਈ ਚੱਲਦਾ ਨੀ ਸੱਜਣਾ ਉਹਨੂੰ ਕੋਈ ਪ੍ਰੋਬਲਮ ਦੇਖ ਕੇ ਸੋਲਵ ਕਰ ਚੜਕ ਦੇ ਰੋਡਿਆਂ ਦੀਆਂ ਟੀਮਾਂ ਗਰਾਊਂਡ ਵਿੱਚ ਆਉਣ ਚੜਕ ਦੀ ਟੀਮ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਵੇ ਚੜਕ
ਚੜਿਕ ਦੀ ਟੀਮ ਗਰਾਊਂਡ ਵਿੱਚ ਆਵੇ ਜਲਦੀ ਤੋਂ ਜਲਦੀ ਚੜਿਕ। ਅਗਲੀਆਂ ਟੀਮਾਂ ਚੂੜ ਚੱਕ ਤੇ ਕਾਲੇ ਕੇ, ਚੂੜ ਚੱਕ ਤੇ ਕਾਲੇ ਕੇ, ਧੱਲੇ ਕੇ ਤੇ ਕੜਿਆਲ, ਜਨੇਰ ਤੇ ਸ਼ੂਸ਼ਕ, ਨਿਧਾ ਵਾਲਾ ਤੇ ਭਲੂਰ, ਖੋਸਾ ਕੋਟਲਾ ਤੇ ਔਗੜ। ਚੜਿਕ ਦੀ ਟੀਮ ਕਿੱਥੇ ਆਵਾਜ਼ ਹੁੰਦੀ, ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਵੇ ਚੜਿਕ। ਰੋਟਿਆਂ ਦੀ ਟੀਮ ਗਰਾਊਂਡ ਵਿੱਚ ਪਹੁੰਚ ਚੁੱਕੀ ਹੈ, ਚੜਿਕ ਦੀ ਟੀਮ ਨੂੰ ਇੱਕ ਮਿੰਟ ਦੀ ਕਾਲ ਹੈ ਜਿੱਥੇ ਆਵਾਜ਼ ਹੁੰਦੇ ਨੇ। ਅਗਲੀਆਂ ਟੀਮਾਂ ਵੀ ਗਰਾਊਂਡ ਵਿੱਚ ਆਉਣ, ਚੂੜ ਚੱਕ ਤੇ ਕਾਲੇ ਕੇ। ਚੜਿਕ ਦੀ ਟੀਮ ਜਿੱਥੇ ਆਵਾਜ਼ ਹੁੰਦੀ ਗਰਾਊਂਡ ਵਿੱਚ ਆਵੇ ਚੜਿਕ। ਚੜਿਕ ਦੀ ਟੀਮ ਗਰਾਊਂਡ ਵਿੱਚ ਆਵੇ, ਚੜਿਕ ਦੀ ਟੀਮ ਜਿੱਥੇ ਵੀ ਬਾਸ ਹੁੰਦੀ ਹੈ, ਚੜਿਕ ਨੂੰ ਇੱਕ ਮਿੰਟ ਦੀ ਕਾਲ ਨਹੀਂ ਦੱਸੀ। ਰੈਫਰੀ ਵੀਰਾਂ ਨੂੰ ਬੇਨਤੀ ਹੈ ਕਿ ਮੈਚ ਸਟਾਰਟ ਕੀਤਾ ਜਾਵੇ। ਦੋਨੋਂ ਟੀਮਾਂ ਗਰਾਊਂਡ ਵਿੱਚ ਪਹੁੰਚ ਚੁੱਕੀਆਂ ਨੇ, ਚੜਿਕ ਤੇ ਰੋਟਿਆਂ ਦਾ ਮੈਚ ਸਟਾਰਟ ਹੋਣ ਜਾ ਰਿਹਾ ਹੈ। ਚੂੜ ਚੱਕ ਤੇ ਕਾਲੇ ਕੇ, ਧੱਲੇ ਕੇ ਤੇ ਕੜਿਆਲ, ਜਨੇਰ ਤੇ ਸ਼ੂਸ਼ਕ, ਦਿਧਾ ਵਾਲੇ ਨੇ ਖੇਡਣਾ ਭਲੂਰ ਦੇ ਨਾਲ, ਖੋਸਾ ਕੋਟਲਾ ਤੇ ਔਗੜ। ਇਹ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ। ਲਓ ਜੀ, ਚੜਿਕ ਦੀ ਟੀਮ ਹੋ ਗਈ ਹੈ ਖੇਤਾਂ ਵਾਲੀ ਸਾਈਡ, ਤੇ ਰੋਟਿਆਂ ਦੀ ਟੀਮ ਹੋ ਗਈ ਹੈ ਪਿੰਡ ਵਾਲੀ ਸਾਈਡ। ਰੈਫਰੀ ਵੀਰਾਂ ਨੂੰ ਬੇਨਤੀ ਹੈ ਕਿ ਗਰਾਊਂਡ ਵਿੱਚ ਆਉਣ ਰੈਫਰੀ ਵੀਰ। ਚਲੋ ਜੀ, ਮੈਚ ਸਟਾਰਟ ਕਰਾਓ। ਚੜਿਕ ਤੇ ਰੋਟਿਆਂ ਦਾ ਮੈਚ ਇਸ ਸਮੇਂ ਸਟਾਰਟ ਹੋਣ ਜਾ ਰਿਹਾ ਹੈ। ਅਗਲੀਆਂ ਟੀਮਾਂ ਵੀ ਤਿਆਰ ਹਨ, ਚੂੜ ਚੱਕ ਤੇ ਕਾਲੇ ਕੇ, ਚੂੜ ਚੱਕ ਤੇ ਕਾਲੇ ਕੇ, ਧੱਲੇ ਕੇ ਤੇ ਕੜਿਆਲ। ਇਹ ਵੀ ਟੀਮਾਂ ਜਲਦੀ ਤੋਂ ਜਲਦੀ ਆਪੋ ਆਪਣੇ ਕੱਪੜੇ ਉਤਾਰ ਕੇ ਗਰਾਊਂਡ ਵਿੱਚ ਆਉਣ। ਚੱਲ ਵੀ ਨੌਜਵਾਨਾਂ, ਪਹਿਲੀ ਕਬੱਡੀ ਕਿਸ ਖਿਡਾਰੀ ਦੀ ਹੋਵੇਗੀ? ਲਓ ਸਾਹਮਣੇ, ਇਸ ਸਮੇਂ ਕਹਿੰਦੇ ਵੀ ਰੋਟਿਆਂ ਵਾਲਾ ਗੱਭਰੂ ਇਸ ਸਮੇਂ ਠੰਡੇ ਠਾਰ ਪਾਣੀ ਦੀ ਘੁੱਟ ਪੀਤੀ ਹੈ, ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ। ਜਿੱਥੋਂ ਦੇ ਮੰਦਰ ਵਰਗੇ, ਗੋਪੀ ਵਰਗੇ, ਬਾਚੇ ਵਰਗੇ ਕਹਿੰਦੇ ਵੀ ਪ੍ਰਸਿੱਧ ਕਬੱਡੀ ਖਿਡਾਰੀਆਂ ਦੀ ਨਗਰ ਹੈ। ਕਹਿੰਦੇ ਵੀ 20 ਸਦੀ ਦੇ ਉਹ ਮਹਾਂਯੋਧੇ ਸੰਤ ਜਰਨੈਲ ਸਿੰਘ ਜੀ ਖਾਲਸਾ। ਚੜਿਕ ਦੀ ਟੀਮ ਹੋ ਗਈ ਹੈ ਜੀ ਖੇਤਾਂ ਵਾਲੀ ਸਾਈਡ, ਤੇ ਰੋਟਿਆਂ ਦੀ ਟੀਮ ਪਿੰਡ ਵਾਲੀ ਸਾਈਡ ਹੈ। ਪਹਿਲੀ ਕਬੱਡੀ ਇਸ ਸਮੇਂ ਰੋਟਿਆਂ ਵਾਲਾ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਕਿ 20 ਸਦੀ ਦੇ ਉਹ ਮਹਾਨ ਯੋਧੇ ਸੰਤ ਜਰਨੈਲ ਸਿੰਘ ਜੀ ਖਾਲਸਾ। ਪਿੰਡਰਾਂ ਵਾਲਿਆਂ ਦੀ ਜੰਮਣ ਭੋਏ ਨਗਰ ਹੈ। ਲਓ ਸਾਹਮਣੇ ਚੜਿਕ ਪਿੰਡ, ਜਿੱਥੋਂ ਦੇ ਕਹਿੰਦੇ ਵੀ ਮੱਖਣ ਵਰਗੇ, ਲਓ ਜਿੱਥੋਂ ਦੇ ਬਬਲੀ ਵਰਗੇ ਪ੍ਰਸਿੱਧ ਖਿਡਾਰੀਆਂ ਦਾ ਨਗਰ ਹੈ, ਤੇ ਪੁਆਇੰਟ ਇਸ ਸਮੇਂ ਰੋਟਿਆਂ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ, ਪਾ ਕਬੱਡੀ। ਲਓ ਸਾਹਮਣੇ ਇਸ ਸਮੇਂ ਚੜਿਕ ਵਾਲਾ ਕੇ ਰੇਡਰਾਂ ਵਿੱਚੋਂ ਰੇਡਰ ਸੀ ਲੋਕੋ ਡੀਪੀ ਮੱਖਣ ਬਈ। ਕਿਹੜੇ ਉਹ ਜਾਤੀ ਹੈ ਜਿਹੜੇ ਡੀਪੀ ਨੂੰ ਲੱਗਣ ਬਈ? ਲਓ ਸਾਹਮਣੇ ਚੜਿਕ ਵਾਲਾ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ। ਚਾਰ ਜਾਫੀ ਰੋਟਿਆਂ ਦੀ ਧਰਤੀ ਦੇ ਨੇ ਕਿ 20ਵੀਂ ਸਦੀ ਦੇ ਉਹ ਮਹਾਨ ਯੋਧੇ ਸੰਤ ਜਰਨੈਲ ਸਿੰਘ ਜੀ ਖਾਲਸਾ। ਪਿੰਡਰਾਂ ਵਾਲਿਆਂ ਦੀ ਜੰਮਣ ਭੋਏ ਹੈ ਕਿ ਗੁਰੂਆਂ ਸਾਨੂੰ ਦਿੱਤਾ ਏ ਵਰਦਾਨ ਕਬੱਡੀ ਦਾ, ਕਿ ਪੂਜਣ ਯੋਗ ਹੁੰਦਾ ਏ
ਜੰਗ ਮੈਦਾਨ ਕਬੱਡੀ ਦਾ ਤੇ ਹਰ ਇੱਕ ਮਾਂ ਦੀ ਤਮੰਨਾ ਹੁੰਦੀ ਹੈ ਕਿ ਵੱਡਾ ਹੋ ਕੇ ਮੇਰਾ ਪੁੱਤ ਬਣ ਜੇ ਬਲੀ ਕਪਤਾਨ ਕਬੱਡੀ ਦਾ। ਅਗਲੀਆਂ ਟੀਮਾਂ ਚੂੜ ਚੱਕ ਤੇ ਕਾਲੇ ਕਹਿੰਦੇ ਵੀ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ। ਧੱਲੇ ਕੇ ਤੇ ਕੜਿਆਲ, ਜਨੇਰ ਤੇ ਛੂਸ਼ਕ, ਦਿਨਾਂ ਵਾਲਾ ਤੇ ਭਲੂਰ, ਖੋਸਾ ਕੋਲਾ ਨੇ ਖੇਡਣਾ ਔਕੜਾਂ ਦੇ ਨਾਲ। ਸਾਹਮਣੇ ਇਸ ਸਮੇਂ ਗੱਭਰੂ ਕਬੱਡੀ ਕਬੱਡੀ ਕਰਦਾ ਹਾਂ ਰੋਡਾਂ ਦੀ ਧਰਤੀ ਦਾ। ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਤਾਬਾ ਕਿ ਸਾਡੀ ਅਣਖ ਨੂੰ ਜਾਲ ਵਿਗਾੜਦੇ ਨੇ ਤੇ ਆਏ ਚੜ੍ਹ ਕੇ ਹਰਿਮੰਦਰ ਨੂੰ ਢੌਲ ਵੈਰੀ ਕਿ ਸਿਰਾਂ ਧੜਾਂ ਦੀਆਂ ਲਾ ਦਿਓ ਧੜਾ ਸਿੰਘੋ ਕਿ ਆਪਣੇ ਲਹੂ ਵਿੱਚ ਤਾਰੀਆਂ ਲਾਉਣ ਵੇਰੀ ਕਿ ਆਪਣੇ ਲਹੂ ਵਿੱਚ ਤਾਰੀਆਂ ਲਾਉਣ ਵੇਰੀ। ਚੱਲ ਵੀ ਲੱਖਿਆ ਪਾ ਕਬੱਡੀ, ਲਓ ਸਾਹਮਣੇ ਧਰਤੀ ਦਾ ਲੱਖਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ। ਗੱਭਰੂ ਦਾ ਬੋਲਿਆ ਹੋਇਆ ਧਾਵਾ ਹੈ ਕੋਈ ਛੀਣੀ ਮਾਂ ਦਾ ਸ਼ੇਰ ਪੁੱਤ ਜਿਹੜਾ ਅੱਜ ਇਹਨੂੰ ਡੱਕ ਲਵੇ, ਜਿਹੜਾ ਇਹਨੂੰ ਰੱਖ ਲਵੇ। ਲਓ ਸਾਹਮਣੇ ਰੋਟੀਆਂ ਵਾਲਾ ਗੱਭਰੂ ਇਸ ਸਮੇਂ ਸਾਹਮਣੇ ਜੱਫਾ ਲਾਉਣ ਦੀ ਬਿਲਕੁਲ ਕੋਸ਼ਿਸ਼ ਕਰਦਾ ਹੋਇਆ। ਲਓ ਸਾਹਮਣੇ ਇਸ ਸਮੇਂ ਚੱਲਦਾ ਹੋਇਆ ਮੁਕਾਬਲਾ, ਵੇਖੋ ਕੀ ਬਣਦਾ ਤੇ ਪੁਆਇੰਟ ਇਸ ਸਮੇਂ ਚੜਕਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾਕ ਵੱਡੀ, ਲਓ ਸਾਹਮਣੇ ਇਸ ਸਮੇਂ ਓਪਨ ਦੀਆਂ ਟੀਮਾਂ ਨੂੰ ਬੇਨਤੀ ਆ ਬਾਈ, ਜੇ ਕੋਈ ਟੀਮ ਹੈਗੀ ਆ ਤਾਂ ਸਾਡੇ ਕੋਲ ਐਂਟਰ ਹੋ ਜਾਵੇ। ਸਾਡੇ ਕੋਲ 5-6 ਟੀਮਾਂ ਹੋ ਗਈਆਂ, ਜੇ 10 ਹੋ ਗਈਆਂ ਇਹ ਟਾਈਆਂ ਕੱਢ ਦੇਣਗੀਆਂ। ਕਬੱਡੀ ਇਤਰਾਜ਼ ਨਾ ਕਰੇ, ਕਬੱਡੀ ਓਪਨ ਦੀ ਟੀਮ ਜੇ ਕੋਈ ਪੁੱਜੀ ਆ ਤੋਂ ਜਲਦੀ ਆਪੋ ਆਪਣੀ ਐਂਟਰੀ ਵੀ ਜਮ੍ਹਾਂ ਕਰਾਵੇ। ਕਬੱਡੀ ਓਪਨ ਪਿੰਡਵਾਰ, ਲਓ ਸਾਹਮਣੇ ਰੋਡਿਆਂ ਵਾਲਾ ਗੱਭਰੂ ਇਸ ਸਮੇਂ ਕਿ ਉੱਡਦੀ ਧੂੜ ਦਿਸੇ ਬੋਤਾ ਯਾਰ ਦਾ ਨਜ਼ਰ ਨਾ ਆਵੇ ਤੇ ਪੁਆਇੰਟ ਇਸ ਸਮੇਂ ਰੋਡਿਆਂ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਲਓ ਸਾਹਮਣੇ ਇਸ ਸਮੇਂ ਵੱਲੋਂ ਕਾਲਾ ਕਬੱਡੀ ਕਬੱਡੀ ਕਰਦਾ ਹੋਇਆ ਕਿ ਕਾਲੇ ਕੋਲ ਮੱਝੀ ਨੀ ਡਾਉਣੀ ਕਿ ਲਿਸ਼ਕੇ ਤੋਂ ਪੈ ਜੂ ਬਿਜਲੀ ਕਿ ਕਾਲੇ ਕੋਲ ਮੱਝੀ ਨੀ ਡਾਉਣੀ। ਲਓ ਸਾਹਮਣੇ ਕਾਲਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ, ਚਾਰ ਜਾਫੀ ਰੋਡਿਆਂ ਦੀ ਧਰਤੀ ਦੇ ਨੇ। ਲਓ ਸਾਹਮਣੇ ਕਿ ਬਾਗੇ ਪਾਣੀ ਦਾ ਏਰੀਆ ਇਸ ਸਮੇਂ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਕਿ ਗੱਭਰੂ ਦੇਸ਼ ਮੇਰੇ ਦੇ ਸੋਹਣੇ ਵੀ ਚੌੜੀਆਂ ਹਿੱਕਾਂ ਤੇ ਮਨਮੋਹਣੇ ਜਦ ਆਉਂਦੇ ਵਿੱਚ ਮੈਦਾਨਾਂ ਦੇ ਕਿ ਵੇਖਣ ਵਾਲੇ ਹੁੰਦੇ ਦੋਸਤੋ ਜ਼ੋਰ ਜਵਾਨਾਂ ਦੇ। ਅੱਜ ਕਹਿੰਦੇ ਇਹਨਾਂ ਜਵਾਨਾਂ ਦੇ ਜ਼ੋਰ ਪਰਖੇ ਜਾਣੇ ਹੈ, ਇਹਨਾਂ ਦੇ ਜੋਸ਼ ਪਰਖੇ ਜਾਣੇ ਨੇ। ਸੰਤ ਬਾਬਾ ਇਹ ਫਤਿਹ ਸਿੰਘ ਜੀ ਦੀ ਪਾਵਨ ਤੇ ਪਵਿੱਤਰ ਧਰਤੀ ਹੈ। ਸੰਤ ਬਾਬਾ ਫਤਿਹ ਜੀ ਦੀ ਬੜੀ ਅਪਾਰ ਕਿਰਪਾ ਇਸ ਨਗਰ ਦੇ ਉੱਤੇ। ਸਰਦਾਰ ਨਰਮਲ ਸਿੰਘ ਜੀ ਪ੍ਰਧਾਨ ਕਲੇਰ ਸਾਹਿਬ, ਸਾਡੇ ਸਤਨਾਮਰ ਤੂਰ ਸਿੰਘ ਜੀ, ਉਹਨਾਂ ਦੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ। ਰਾਜਵਿੰਦਰ ਸਿੰਘ ਜੀ ਰਾਜੂ, ਸਰਦਾਰ ਜਸਵਿੰਦਰ ਸਿੰਘ ਜੀ ਛਿੰਦਾ ਬਾਈ ਹੈਪੀ ਵਰਗੇ ਸਮੂਹ ਗ੍ਰਾਮ ਪੰਚਾਇਤ, ਸਰਦਾਰ ਸੁਖਮੰਦਰ ਸਿੰਘ ਜੀ ਤੂਰ ਸਰਪੰਚ ਸਾਹਿਬ, ਹੋਰ ਵੀ ਨਗਰ ਨਿਵਾਸੀ NRI ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਕਬੱਡੀ ਟੂਰਨਾਮੈਂਟ ਨੂੰ ਨੇਤਰੇ ਚਾੜ੍ਹਨ ਦੇ ਲਈ। ਲਓ ਸਾਹਮਣੇ ਝਿੜਕੇ ਵਾਲਾ ਗੱਭਰੂ ਇਸ ਸਮੇਂ ਜੱਫਾ ਨਹੀਂ ਲਾ ਸਕਿਆ ਤੇ ਪੁਆਇੰਟ ਰੋਡਿਆਂ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਅਗਲੀਆਂ ਟੀਮਾਂ ਚੂੜ ਚੱਕ ਤੇ ਕਾਲੇ ਕੇ, ਇਹ ਵੀ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ। ਲਓ ਸਾਹਮਣੇ ਲੱਖਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਕਿ ਗਿੱਦੜੀ ਜਨਮ ਦਿੰਦੀ ਹੈ ਗਿੱਦੜਾਂ ਨੂੰ ਕਿ ਸ਼ੇਰ ਨਹੀਂ ਕਰ ਸਕਦੀ ਹੈ ਸ਼ੇਰ ਪੈਦਾ। ਜਿਹੜੀ ਜ਼ਮੀਨ ਦੇ ਵਿੱਚ ਹੋਵੇ ਗਿਲਪੂਰੀ ਹੁੰਦੀ ਉਹਦੇ ਵਿੱਚ ਫਸਲ ਹੈ ਢੇਰ ਪੈਦਾ। ਜਿਹੜੇ ਮਾਪਿਆਂ ਨੇ ਕੀਤੀ ਹੋਵੇ ਤਪੱਸਿਆ ਉਹਨਾਂ ਦੇ ਘਰ ਹੁੰਦਾ ਏ ਪੁੱਤ ਪਲੇਅਰ ਪੈਦਾ ਤੇ ਪੁਆਇੰਟ ਇਸ ਸਮੇਂ ਰੋਡਿਆਂ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਚੂੜ ਚੱਕ ਤੇ ਕਾਲੇ ਕੇ ਦੀਆਂ ਟੀਮਾਂ ਵੀ ਜਲਦੀ ਤੋਂ ਜਲਦੀ ਤਿਆਰ ਰਹਿਣ। ਚੂੜ ਚੱਕ ਤੇ ਕਾਲੇ ਕੇ, ਧੱਲੇ ਕੇ ਤੇ ਕੁੜਿਆਲ, ਜਨੇਰ ਨੇ ਖੇਡਣਾ ਛੂਸ਼ਕ ਦੇ ਨਾਲ, ਨਿਧਾ ਵਾਲਾ ਤੇ ਭਲੂਰ, ਖੋਸਾ ਕੋਲਾ ਤੇ ਔਗੜ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਲਓ ਸਾਹਮਣੇ ਇਸ ਸਮੇਂ ਰੋਡਿਆਂ ਦੀ ਧਰਤੀ ਦਾ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ। ਇਸ ਸਮੇਂ ਪੂੰਜਿਆ ਪਸੀਨਾ ਧਾਣਿਆ ਸੀਨਾ ਤੇ ਲਾਈ ਹੱਥਾਂ ਨੂੰ ਕਰੀ ਤੇ ਕਰੂ ਮੋਹਰਾ ਭਰੀ ਜਵਾਨੀ ਰੇਲ ਤੇ ਚੱਲੀ ਹੈ। ਲਓ ਸਾਹਮਣੇ ਕਹਿੰਦੇ ਵੀ ਡੱਬ ਵਿੱਚ ਹੋਵੇ ਪਿਸਟਲ ਤੇ ਦੁਸ਼ਮਣ ਕੋਲੋਂ ਡਰੀਏ ਨਾ ਤੇ ਬਣਨਾ ਹੋਵੇ ਸ਼ੇਰ ਤੇ ਰੀਸ ਗਿੱਦੜਾਂ ਦੀ ਕਰੀਏ ਨਾ ਤੇ ਰੇਡਰ ਬਣ ਜਾ ਜਾਫੀ
ਤੇ ਜੋ ਤੇਰਾ ਦਿਲ ਕਹਿੰਦਾ ਤੇ ਯਾਰ ਕਿਸੇ ਦਾ ਦਿਲ ਨਾ ਤੋੜੀ ਰੱਬ ਦਿਲਾਂ ਵਿੱਚ ਰਹਿੰਦਾ ਤੇ ਯਾਰ ਕਿਸੇ ਦਾ ਦਿਲ ਨਾ ਤੋੜੀ ਰੱਬ ਦਿਲਾਂ ਵਿੱਚ ਰਹਿੰਦਾ ਚੱਲ ਵੀ ਪਾਕ ਬੜੀ ਲਓ ਸਾਹਮਣੇ ਰੋਡਿਆ ਵਾਲਾ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਧਾਵਾ ਵੇਖੋ ਕੀ ਬਣਦਾ ਕੀ ਜੁੜਦਾ ਹੈ ਕਿ ਟੰਗੇ ਕਿੱਲਿਆਂ ਤੇ ਕਦੇ ਨੀ ਕੰਮ ਦਿੰਦੇ ਹਲ ਬੰਸਰੀ ਤੇ ਪੋਰ ਤਿੰਨੋ ਰਾਤਾਂ ਨੂੰ ਰਹਿਣ ਸਦਾ ਤੁਰ ਕੇ ਖੁਸ਼ ਉੱਲੂ ਚਮ ਚਿਰਕ ਤੇ ਚੋਰ ਤਿੰਨੋ ਤੇ ਚੂੜ ਚੱਕ ਵਾਲਿਆ ਕਦੇ ਨਾ ਗੁੱਜੇ ਰਹਿੰਦੇ ਇਸ਼ਕ ਮੁਸ਼ਕ ਤੇ ਹਿੱਕ ਦਾ ਜ਼ੋਰ ਤਿੰਨੋ ਲਓ ਸਾਹਮਣੇ ਅੱਜ ਹਿੱਕ ਦੇ ਜ਼ੋਰ ਦੀਆਂ ਗੱਲਾਂ ਨੇ ਕਿ ਹਿੱਕ ਬਾਰੇ ਜ਼ੋਰ ਬੋਰੇ ਦੁਨੀਆਂ ਨੇ ਆਉਂਦੀ ਹੈ ਤਾਂ ਤੱਕ ਲੇਸਾ ਰੰਗ ਮਿਹਨਤ ਲਿਆਉਂਦੀ ਹੈ ਚੂੜ ਚੱਕ ਦੀ ਟੀਮ ਦੌੜ ਵਿੱਚ ਆਵੇ ਕਾਲੇ ਕੇ ਤੇ ਚੂੜ ਚੱਕ ਨੌਜਵਾਨਾਂ ਚਿਰਕ ਵਾਲੇ ਗੱਲੂ ਆ ਪਾਕ ਬੱਡੀ ਜਿੱਥੋਂ ਦੇ ਮਿੰਦੇ ਵਰਗੇ ਪ੍ਰੀਤਮ ਵਰਗੇ ਜਿੱਥੋਂ ਦਾ ਬਬਲੀ ਬੜਾ ਮਸ਼ਹੂਰ ਹੈ ਇਹ ਸਿੱਖੀ ਸਰੂਪ ਵਿੱਚ ਮੁੰਡਾ ਬਬਲੀ ਚਿਰਕਦਾ ਵੀ ਕਹਿੰਦੇ ਤੇ ਕਹਾਉਂਦੇ ਉਹ ਧਾਵੀਆਂ ਨਾਲ ਨਿਕਦਾ ਕਿ ਲਾ ਦਿੰਦਾ ਜੱਫਾ ਜਾਰੋ ਜ਼ੋਰ ਲਾ ਕੇ ਹਿੱਕਦਾ ਅੱਜ ਹਿੱਕਦੇ ਜ਼ੋਰ ਦੀਆਂ ਗੱਲਾਂ ਹੋਈਆਂ ਨੇ ਹਿੱਕਦਾ ਹਾਂਜੀ ਕੇਵਲ ਵਾਲੇ ਬਾਈ ਨੂੰ ਬੇਨਤੀ ਆ ਪਹਿਲਾਂ ਵੀ ਕੀਤੀ ਸੀ ਵੀ ਕੇਵਲ ਨਹੀਂ ਚੱਲਦੀ ਪਿੰਡ 'ਚ ਉਹ ਚਲਾਓ ਲਾਈਵ ਨਹੀਂ ਚੱਲਦਾ ਪਿੰਡ ਦੇ ਵਿੱਚ ਕੋਈ ਵੀ ਪ੍ਰੋਗਰਾਮ ਨਹੀਂ ਆਪਣਾ ਇੱਧਰੋਂ ਚੱਲਦਾ ਚੱਲ ਵੀ ਨੌਜਵਾਨ ਰੋਡਿਆਂ ਦੀ ਧਰਤੀ ਦਾ ਸਮੇਂ ਬਾਈ ਇਹ ਆਪਣਾ ਗੁਪਤ ਰੱਖੇ ਤਾਂ ਤਰਾਜ ਹੋਇਆ ਵਾ ਠੀਕ ਹੈ ਲਓ ਸਾਹਮਣੇ ਰੋਡਿਆਂ ਵਾਲਾ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਵੇਖੋ ਕੀ ਬਣਦਾ ਤੇ ਪੁਆਇੰਟ ਮਿਹਨਤ ਲਾਈਦਾ ਲਓ ਸਾਹਮਣੇ ਰੋਡਿਆਂ ਵਾਲਾ ਗੱਭਰੂ ਇਸ ਸਮੇਂ ਪੁਆਇੰਟ ਰੋਡਿਆਂ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਜਗਰੂਪ ਸਿੰਘ ਜੀ ਉਹਨਾਂ ਦੇ ਫਾਦਰ ਸਾਹਿਬ ਇੱਥੇ ਪੁੱਜੇ ਨੇ ਉਹਨਾਂ ਦਾ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਬੋਲਾਂ ਤੋਂ ਖੁਸ਼ ਹੋ ਕੇ ਸਰਦਾਰ ਖਾਣਾ ਸਿੰਘ ਜੀ ਸਰਪੰਚ ਸਾਹਿਬ ਬਹੁਤ ਮਾਣ ਪਿਆਰ ਦੇ ਗਏ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਬੋਲਾਂ ਤੋਂ ਖੁਸ਼ ਹੋ ਕੇ ਮਾਣ ਪਿਆਰ ਦਿੱਤੇ ਨੇ ਬਹੁਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਇਸ ਸਮੇਂ ਰੋਡਿਆਂ ਵਾਲਾ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ 20ਵੀਂ ਸਦੀ ਦੇ ਉਹ ਮਹਾਨ ਯੋਧੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਾ ਦੀ ਚੰਮਨ ਭੋਏ ਪਿੰਡ ਰੋਡਿਆ ਜਿੱਥੇ ਦੋ ਦੋ ਕਬੱਡੀ ਦੇ ਕੱਪ ਕਰਵਾਏ ਜਾਂਦੇ ਨੇ ਚੱਲ ਵੀ ਚਿੜਕ ਵਾਲੇ ਗੱਭਰੂ ਕਿ ਰੇਡਰਾਂ ਵਿੱਚੋਂ ਰੇਡਰ ਸੀ ਲੋਕੋ ਡੀਪੀ ਮੱਖਣ ਬਈ ਕਿਹੜੇ ਉਹ ਜਾਫੀ ਆ ਜਿਹੜੇ ਡੀਪੀ ਨੂੰ ਡੱਕਣ ਬਈ ਕਿਹੜੇ ਉਹ ਜਾਫੀ ਜਿਹੜੇ ਡੀਪੀ ਨੂੰ ਡੱਕਣ ਬਈ ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਤੇ ਪੁਆਇੰਟ ਇਸ ਸਮੇਂ ਰੋਡਿਆਂ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਚੂੜ ਚੱਕ ਤੇ ਕਾਲੇ ਕਿਆਂ ਦੀਆਂ ਟੀਮਾਂ ਵੀ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ ਅੱਜ ਕਹਿੰਦੇ ਵੀ ਵਿਸ਼ੇਸ਼ ਮਾਨ ਸਨਮਾਨ ਹੋਣਾ ਹੈ ਸੁੱਖਾ ਕੰਡਿਆਲ ਪ੍ਰਸਿੱਧ ਕਮੈਂਟਰ ਦਾ ਸਰਦਾਰ ਹੀਰ ਭਗਤ ਸਿੰਘ ਕਬੱਡੀ ਕੱਪ ਐਡਮਿੰਟਰ ਵੱਲੋਂ ਦਵਿੰਦਰ ਸਿੰਘ ਜੀ ਧਾਨਾ ਬੈਰੋਕਿਆਂ ਵਾਲੇ ਸੋਨੀ ਸਬੱਤੀ ਸੋਨੀ ਦੌਦਰ ਵਾਲਾ ਵੀਰ ਸੀਰਾ ਢਿੱਲੋ ਨਾਲ ਵਿਸ਼ੇਸ਼ ਵੀਰੋ ਸਾਡੇ ਮੋਟਰ ਸਿੰਘ ਦੇ ਨਾਲ ਸੁੱਕੇ ਕੰਡਿਆਲ ਦਾ ਵਿਸ਼ੇਸ਼ ਮਾਨ ਸਨਮਾਨ ਹੋਣਾ ਹੈ ਕਿ ਪਿਛਲੇ ਚ ਨੀ ਕਹਿੰਦੇ ਵੀ ਬਾਗੇ ਪੁਰਾਣ ਦੇ ਕਬੱਡੀ ਕੱਪ ਤੇ ਵੋਟ ਦਿੱਤਾ ਇਸ ਖਿਡਾਰੀ ਨੂੰ ਇਸੇ ਨਾਲ ਮੈਚ ਸਮਾਪਤ ਇਹ ਮੈਚ ਦਾ ਉਤਰਾਜ ਹੈ ਜੀ ਅਗਲੀਆਂ ਮੈਚ ਤੇ ਕਬੱਡੀਆਂ ਸੁੱਖਾ ਕੰਡਿਆਲ ਜੀ ਹੈਲੋ ਚੂੜ ਚੱਕ
ਵਰਸਿਸ ਕਾਲੇ ਕਲੀਅਰ ਦੀ ਅਜਿਹੀ ਟੀਮਾਂ ਨੇ, ਇਹਨਾਂ ਟੀਮਾਂ ਨੂੰ ਬੇਨਤੀ ਹੈ ਕਿ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚਣ। ਗੱਬਰ ਸਾਊਂਡ ਸਰਵਿਸ ਥੋੜੀ ਜਿਹੀ ਇੱਕੋ ਘਟਾ ਦੇ ਮੇਰਾ ਵੀਰ, ਗੱਬਰ ਸਾਊਂਡ ਸਰਵਿਸ ਉਮਰੀ ਬਣ। ਨਾਲ ਹੀ ਮੈਂ ਬੇਨਤੀ ਕਰਦਾ ਹਾਂ ਧੱਲੇ ਕੇ ਵਰਸਿਸ ਜੜਿਆਲ ਦੀਆਂ ਜਿਹੜੀਆਂ ਟੀਮਾਂ ਨੇ ਇਹ ਵੀ ਪਹੁੰਚਣ ਦੀ ਤਿਆਰੀ ਕਰਨ। ਨਾਲ ਦੇ ਨਾਲ ਹੀ ਕਬੱਡੀ ਓਪਨ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਨੂੰ ਬੇਨਤੀ ਹੈ, ਸਾਡੇ ਰਾਜੂ ਵੀਰ ਵੱਲੋਂ, ਬਲਵਿੰਦਰ ਫੌਜੀ ਸਾਹਿਬ ਬੈਠੇ ਨੇ, ਕਿ ਬੇਨਤੀ ਹੈ ਬਾਈ ਜੀ ਜਿਹੜੀਆਂ ਟੀਮਾਂ ਕਬੱਡੀ ਓਪਨ ਦੀਆਂ ਇੱਥੇ ਪਹੁੰਚੀਆਂ ਨੇ ਉਹ ਸਾਡੇ ਪ੍ਰਬੰਧਕਾਂ ਦੇ ਨਾਲ ਜਿਹੜਾ ਰਾਬਤਾ ਕਾਇਮ ਕਰ ਲੈਣ, ਬਹੁਤ ਮਿਹਰਬਾਨੀ ਹੋਵੇਗੀ। ਸੋ ਜਲਦੀ ਤੋਂ ਜਲਦੀ ਕਾਲੇ ਕੇ ਵਰਸਿਸ ਚੂੜ ਚੱਕ ਦੀਆਂ ਜਿਹੜੀਆਂ ਟੀਮਾਂ ਨੇ ਇਹ ਗਰਾਊਂਡ ਦੇ ਵਿੱਚ, ਚੂੜ ਚੱਕ ਦੀ ਜਿਹੜੀ ਟੀਮ ਆ ਗਈ ਹੈ, ਕਾਲੇ ਕੇ ਕਿੱਥੇ ਹੈ ਜੀ, ਕਾਲੇ ਕਿਆਂ ਦੀ ਟੀਮ। ਸੋ ਜਲਦੀ ਤੋਂ ਜਲਦੀ ਪਹੁੰਚੋ ਧੱਲੇ ਕੇ ਤੇ ਕੜਿਆਲ ਬਾਈ ਜੀ, ਅਗਲਾ ਜਿਹੜਾ ਮੈਚ ਹੋਵੇਗਾ ਅੱਜ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਔਰ ਸ਼ਹੀਦਾਂ ਨੂੰ ਸਮਰਪਿਤ ਇਹ ਖੇਡ ਮੇਲਾ ਪਿਛਲੇ ਦੋ ਦਿਨ ਤੋਂ ਸ਼ੁਰੂ ਹੈ, ਅੱਜ ਤੀਸਰਾ ਦਿਨ ਹੈ, ਲਾਸਟ ਦਿਨ ਹੈ। ਸੰਤ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੀ ਬੜੀ ਅਪਾਰ ਕਿਰਪਾ ਹੈ ਇਸ ਇਲਾਕੇ ਤੇ ਇਸ ਨਗਰ ਤੇ, ਜਿਨ੍ਹਾਂ ਨੇ ਪਹਿਲੇ ਦਿਨ ਦਾ ਉਦਘਾਟਨ ਕੀਤਾ ਔਰ ਉਹਨਾਂ ਦੀ ਰਹਿਨਮਾਈ ਦੇ ਹੇਠ ਖੇਡ ਮੇਲਾ ਚੱਲ ਰਿਹਾ ਹੈ ਔਰ ਜਿਸ ਦੇ 70 ਕਿਲੋ ਦੇ ਮੈਚ ਆਪਾਂ ਤੱਕ ਰਹੇ ਹਾਂ। ਔਰ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਸਾਡੇ ਸਰਪੰਚ ਸਰਦਾਰ ਸੁਖਮੰਦਰ ਸਿੰਘ ਜੀ ਦਾ ਔਰ ਸਾਡੇ ਕਲੱਬ ਦੇ ਪ੍ਰੈਜੀਡੈਂਟ ਸਾਡੇ ਵੱਡੇ ਵੀਰ ਨਿਰਮਲ ਸਿੰਘ ਜੀ ਕਲੇਰ ਸਾਹਿਬ ਔਰ ਨਾਲ ਸਾਡਾ ਵੀਰ ਸਤਨਾਮ ਸਿੰਘ ਜੀ ਤੂਰ ਆੜਤੀਆ ਸਾਹਿਬ ਜੋ ਲੰਮੇ ਸਮੇਂ ਤੋਂ ਇਸ ਕਲੱਬ ਦੇ ਨਾਲ ਜੁੜੇ ਹੋਏ ਨੇ, ਨਾਲ ਜਸਵਿੰਦਰ ਸਿੰਘ ਛਿੰਦਾ ਸਾਡਾ ਵੀਰ ਔਰ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਸਾਡਾ ਵੀਰ ਰਾਜਵਿੰਦਰ ਰਾਜੂ ਖੋਸੇ ਦੇ ਨਾਂ ਨਾਲ ਮਸ਼ਹੂਰ ਹੈ ਔਰ ਬਲਵਿੰਦਰ ਸਿੰਘ ਜੀ ਫੌਜੀ ਕਲੇਰ ਸਾਹਿਬ ਤੇ ਨਾਲ ਹੀ ਕਰਨੈਲ ਸਿੰਘ ਜੀ ਐਕਸ ਮੈਂਬਰ ਪੰਚ ਬੈਠੇ ਨੇ ਔਰ ਰਸਪਾਲ ਸਿੰਘ ਪੋਲਾ ਸਾਡਾ ਵੀਰ ਪੰਚਾਇਤ ਮੈਂਬਰ ਹੈ ਔਰ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਠਾਣਾ ਸਿੰਘ ਜੀ ਕਨੇਡਾ ਸਰੀ ਸ਼ਹਿਰ ਚ ਰਹਿੰਦੇ ਨੇ ਔਰ ਉਹਨਾਂ ਦਾ ਵੱਡਾ ਲੜਕਾ ਰੇਸ਼ਮ ਸਾਡਾ ਵੀਰ ਉਹ ਵੀ ਸਰੀ ਚ ਰਹਿੰਦਾ ਹੈ। ਅੱਜ ਨੈੱਟ ਤੇ ਇਹਨਾਂ ਮੇਰੇ ਵੀਰਾਂ ਨੇ ਮੈਚ ਦੇਖਣੇ ਨੇ punjablive1.com ਦੇ ਜ਼ਰੀਏ। ਨਾਲ ਹੀ ਪ੍ਰਦੀਪ ਸਾਡਾ ਵੀਰ ਦੁਬਈ ਦੇ ਵਿੱਚ ਹੈ, ਹੈਪੀ ਦਾ ਵੀਰ, ਉਹਨਾਂ ਦਾ ਵੀ ਧੰਨਵਾਦ ਹੈ। ਜਗਰਾਜ ਸਿੰਘ ਜੀ ਨੰਬਰਦਾਰ ਬੈਠੇ ਨੇ ਔਰ ਮਲਕੀਤ ਸਾਡਾ ਵੀਰ ਚੌਕੀਦਾਰ ਪਾਣੀ ਦੀ ਸੇਵਾ ਕਰਦਾ ਹੈ। ਆਤਮਾ ਸਿੰਘ ਜੀ ਸਾਬਕਾ ਸਰਪੰਚ ਸਾਡੇ ਜਗਦੀਸ਼ ਸਿੰਘ ਜੀ ਦੀਛਾ ਜਿਹਨਾਂ ਨੇ ਕਾਫੀ ਯੋਗਦਾਨ ਪਾਇਆ ਔਰ ਸੇਵਾ ਦੇ ਵਿੱਚ ਸਾਡਾ ਗੋਸ਼ਾ ਵੀਰ ਜਿਹੜਾ ਪੁਆਇੰਟਾਂ ਤੇ ਕੱਲ੍ਹ ਵੀ ਡਿਊਟੀ ਨਿਭਾਈ ਹੈ ਕਬੱਡੀ ਖਿਡਾਰੀਆਂ ਦੇ ਵਿੱਚੋਂ ਹੈ ਔਰ ਅਸੀਂ ਧੰਨਵਾਦ ਕਰਦੇ ਸਾਰੇ ਖਿਡਾਰੀਆਂ ਦਾ ਜਿਹੜੇ ਕਿ ਇੱਥੇ ਪਹੁੰਚੇ ਨੇ। ਕਲੇਰ ਸਾਹਿਬ ਵੱਲੋਂ, ਪ੍ਰਧਾਨ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ, ਸਰਪੰਚ ਸਾਹਿਬ ਵੱਲੋਂ ਧੰਨਵਾਦ। ਲਾਦੀ ਚੂੜ ਚੱਕ ਤੇ ਕਾਲੇ ਕੇ ਆ ਜਾਓ ਮੇਰੇ ਵੀਰ ਲਾਈਨ ਤੇ, ਧੱਲੇ ਕੇ ਤੇ ਕੜਿਆਲ ਬਾਈ ਜੀ, ਧੱਲੇ ਕੇ ਦੀ ਜਿਹੜੀ ਟੀਮ ਹੈ ਕੜਿਆਲ ਦੇ ਨਾਲ ਖੇਡੇਗੀ ਔਰ ਨਾਲ ਹੀ ਬੜੀ ਖੁਸ਼ੀ ਦੀ ਗੱਲ ਹੈ
ਵੀ ਸਾਡੇ ਕੁਲਦੀਪ ਸਿੰਘ ਕਾਕਾ ਤੇ ਗੁਰਸੇਵਕ ਸਿੰਘ ਦੁਬਈ ਵੱਲੋਂ ਅੱਜ ਮਿੱਤੇ ਕਬੱਡੀ ਖਿਡਾਰੀ ਨੂੰ ਕੱਪ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਜਾਣਾ ਹੈ, ਇਹ ਵੀ ਨੋਟ ਕਰ ਲਿਓ ਮੇਰੇ ਵੀਰੋ। ਔਰ ਸਵਰਗਵਾਸੀ ਹਰੀ ਸਿੰਘ ਦੀ ਯਾਦ ਦੇ ਵਿੱਚ ਲੱਖੇ ਵੀਰ ਵੱਲੋਂ 70 ਕਿਲੋ ਦੀ ਪੁਰਾਣੀ ਟੀਮ ਨੂੰ ਵੀ ਸਨਮਾਨਿਤ ਕੀਤਾ ਜਾਣਾ ਹੈ। ਨਾਲ ਦੀ ਮੁਕਾਬਲਾ ਜਿਹੜਾ ਸ਼ੁਰੂ ਕਰਵਾਇਆ ਜਾਵੇ। ਬਹੁਤ ਹੀ ਸੋਹਣੇ ਮੈਚ ਮੇਰੇ ਵੀਰੋ। ਅੱਜ ਦਾ ਇਹ ਜਿਹੜਾ ਖੇਡ ਮੇਲਾ ਪੰਜਾਬ ਲਾਈਵ 1.com ਸਾਡਾ ਵੀਰ ਨੀਟਾ ਡਰੋਲੀਵਾਲ ਉਹਨਾਂ ਨੇ ਅੱਜ ਦਾ ਇਹ ਖੇਡ ਮੇਲਾ ਜਿਹੜਾ ਦਿਖਾਉਣਾ ਨੈੱਟ ਤੇ, ਨਾਲ ਹੀ ਇਹ ਕੇਬਲ ਦਾ ਜਿਹੜਾ ਲਾਈਵ ਚੱਲ ਰਿਹਾ। ਸਾਡੇ ਪ੍ਰੀਤ ਡਿਜੀਟਲ ਸਟੂਡੀਓ ਦੀ ਤਰਫੋਂ ਜਿਹੜਾ ਅੱਜ ਦਾ ਇਹ ਲਾਈਵ ਚੱਲ ਰਿਹਾ ਪਿੰਡਾਂ ਦੇ ਵਿੱਚ ਕੇਬਲ ਦੇ ਰਹੀ, ਉਹਦਾ ਵੀ ਧੰਨਵਾਦ ਹੈ। ਲਓ ਜੀ, ਬਹੁਤ ਹੀ ਸੋਹਣੇ ਮੈਚ ਤੁਹਾਡੇ ਸਾਹਮਣੇ ਸ਼ੁਰੂ ਹੋਣ ਜਾ ਰਿਹਾ। ਮੈਂ ਬੇਨਤੀ ਕਰਦਾ ਹਾਂ ਕੜਿਆਲ ਤੇ ਧੱਲੇਗੀ, ਕੜਿਆਲ ਵਰਸਜ ਧੱਲੇਗੀ ਇਹਨਾਂ ਟੀਮਾਂ ਨੂੰ ਕਿ ਇਹ ਮੈਚਾਂ ਦਾ ਅਗਲਾ ਜਿਹੜਾ ਪ੍ਰਦਰਸ਼ਨ ਇਹਨਾਂ ਟੀਮਾਂ ਦੇ ਦਰਮਿਆਨ ਹੋਵੇਗਾ। ਜੱਗਾ ਪਿੰਡਰ ਜਿਹੜਾ ਗਰਾਊਂਡ ਦੇ ਵਿੱਚ ਆਵੇ, ਸੇਵਕ ਸੇਵਕ ਚਲੋ ਲਾ ਦੀ ਪਹਿਲੀ ਕਬੱਡੀ ਸੇਵਕ ਦੀ ਤਰਫੋਂ ਹੈ। ਬਹੁਤ ਹੀ ਸੋਹਣਾ ਮੈਚ ਜਿਹੜਾ ਤੁਹਾਡੇ ਸਾਹਮਣੇ ਹੈ। ਇਹ ਚੂੜ ਚੱਕ ਦੀ ਜਿਹੜੀ ਟੀਮ ਹੈ ਇਹ ਟੀਮ ਜਾਵੜੀ ਹੈ ਗੇਟ ਵਾਲੀ ਸਾਈਡ, ਔਰ ਕਾਲੇ ਦੀ ਜਿਹੜੀ ਟੀਮ ਹੈ ਇਹ ਟੀਮ ਖੇਤਾਂ ਵਾਲੀ ਸਾਈਡ ਜਾਵੜੀ ਹੈ। ਜਸਵੀਰ ਸਿੰਘ ਨਾਂ ਹੈ ਇਸ ਖਿਡਾਰੀ ਦਾ, ਮੱਥਾ ਟੇਕ ਦਿੱਤਾ ਸੇਬੀ ਪਾਸੇ, ਹੋ ਜਾ ਤੇਰੇ ਤੇ ਕੌਡੀ ਪੈ ਜਾਣੀ ਹੈ। ਲਓ ਜੀ ਪਹਿਲੀਆਂ ਕਬੱਡੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ। ਸਾਡਾ ਵੀਰ ਜਸਵੀਰ ਸਿੰਘ ਨਾਂ ਹੈ ਇਸ ਖਿਡਾਰੀ ਦਾ, ਔਰ ਸਾਹਮਣੇ ਕਹਿੰਦੇ ਨੇ ਵੀ ਮੋਨੂ ਵਰਗੇ, ਬੂਟੇ ਵਰਗੇ, ਚਮਕੀਲੇ ਵਰਗੇ ਸਾਡੇ ਖਿਡਾਰੀ ਖੜੇ ਨੇ। ਇੱਕ ਅਮਨਜੋਤ ਵਾਜੀ ਵਾ ਨਹੀਂ ਰੀਸਾ, ਬਹੁਤ ਹੀ ਸੋਹਣਾ ਪੁਆਇੰਟ ਜਿਹੜਾ ਚਮਕੀਲੇ ਤੋਂ ਜਿਹੜਾ ਟੱਚ ਕੀਤਾ ਹੈ ਤੇ ਤਸਵੀਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਲਾਲ ਜੀ ਸਾਹਮਣੇ ਕਬੱਡੀ ਪਾਉਣ ਦੇ ਲਈ ਜਾਂਦਾ ਹੋਇਆ, ਘਰ ਪੰਡਤਾਂ ਦੇ ਮੁਰਗੇ ਰਿੱਝ ਗਏ ਨੀ, ਮੁੰਡੇ ਕਾਲੀਆਂ ਦੇ ਦਾਰੂ ਪੀਣ ਗਿੱਝ ਗਏ ਨੇ। ਪੈਂਦੀ ਹੋਈ ਕਬੱਡੀ, ਕਹਿੰਦੇ ਨੇ ਵੀ ਸੋਹਣੀ ਖੇਡ ਦਾ ਬਾਲਕ ਮੁੰਡਾ ਪੰਡਤਾਂ ਦਾ ਸਾਹਮਣੇ ਕਬੱਡੀ ਪਾਉਂਦਾ ਹੋਇਆ। ਔਰ ਮੈਂ ਦੇਖ ਰਿਹਾ ਵੀ ਇੱਕ ਪਾਸੇ ਸੁਖਵੀਰ ਨਹੀਂ ਰਿਸ ਹਲਕਾ ਜਿਹਾ ਜਿਹੜਾ ਟੱਚ ਕੀਤਾ ਹੈ, ਇਹ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਜਸਵੀਰ ਸਿਆ ਪਾ ਫਿਰ ਅਗਲੀ ਕਬੱਡੀ। ਹੈਲੋ ਬਾਈ ਸੁੱਖੇ, ਲੇਖਾ ਜੋਖਾ ਰੱਖਿਓ ਤਰਾਜ ਲਓ ਜੀ। ਲੇਖਾ ਜੋਖਾ ਜਿਹਨਾਂ ਦੇ ਕੋਲੇ ਹੈ ਉਹ ਸਾਡੀ ਟਰਾਲੀ ਤੇ ਜਾ ਕੇ ਦੱਸਿਆ ਜਾਵੇਗਾ, ਬਾਅਦ ਚ ਜੋ ਫੈਸਲਾ ਹੋਵੇਗਾ ਉਸੇ ਤਰ੍ਹਾਂ ਦੱਸਿਆ ਜਾਵੇਗਾ। ਲਾਦੀ ਜਸਵੀਰ ਨੇ ਕਬੱਡੀ ਪਾ ਦਿੱਤੀ ਹੈ,
ਸੋਹਣੀ ਖੇਡ ਦਾ ਮਾਲਕ ਔਰ ਦੂਜੇ ਪਾਸੇ ਬੂਟਾ ਆਖਦੇ ਨੇ ਇਸ ਖਿਡਾਰੀ ਨੂੰ ਜਿਹਨੇ ਇਸ ਵਕਤ ਜੱਫਾ ਲਾ ਦਿੱਤਾ। ਕਹਿੰਦੇ ਹਿੰਮਤ ਨਾ ਹਾਰੋ ਖੁਦਾ ਨੂੰ ਨਾ ਵਿਸਾਰੋ, ਹੱਸਦੇ ਹਸਾਉਂਦੇ ਹੋਏ ਜ਼ਿੰਦਗੀ ਗੁਜ਼ਾਰੋ, ਮੁਸ਼ਕਲਾਂ ਤੇ ਦੁੱਖਾਂ ਦਾ ਕਰਨਾ ਹੈ ਖਾਤਮਾ, ਕਿੰਨੇ ਵੀ ਦੁੱਖ ਆਉਣ ਸੁਖਿਆ ਤੇਰੇ ਤੇ, ਹਮੇਸ਼ਾ ਕਹਿੰਦਾ ਰਹਿ ਤੇਰਾ ਸ਼ੁਕਰ ਹੈ ਪਰਮਾਤਮਾ, ਹਮੇਸ਼ਾ ਕਹਿੰਦਾ ਰਹਿ ਤੇਰਾ ਸ਼ੁਕਰ ਹੈ ਪਰਮਾਤਮਾ। ਸੇਵਕ ਨਾਉ ਹੈ ਮੇਰੇ ਵੀਰ। ਔਰ ਦੂਜੇ ਪਾਸੇ ਵੀ ਸੁਖਬੀਰ ਨਜ਼ਰ ਆ ਰਿਹਾ, ਸੋਹਣੀ ਖੇਡ ਦਾ ਬਾਲਕ। ਇੱਕ ਪਾਸੇ ਸੁਖਬੀਰ, ਇੱਕ ਪਾਸੇ ਕੋਈ ਸੇਵਕ ਸਿੰਘ ਨਾਉ ਹੈ ਖਿਡਾਰੀ ਦਾ। ਔਰ ਜੱਫੇ ਦੀ ਕੋਸ਼ਿਸ਼ ਜਾਰੀ ਹੈ, ਪਰ ਅੰਕ ਡੇਢ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਚੱਲ ਵੀ ਸਜਣਾ ਪਾ ਫਿਰ ਕਬੱਡੀ। ਇਸ ਖਿਡਾਰੀ ਨੂੰ ਵੀ ਸੁਖਬੀਰ ਆਖਦੇ ਨੇ, ਸਿੰਘ ਜੰਗ ਕਬੱਡੀ ਖਿਡਾਰੀ ਇਸ ਵਕਤ ਕਬੱਡੀ ਪਾਉਂਦਾ ਪਿਆ ਵਿਰੋਧੀਆਂ ਦੇ ਵਿਹੜੇ। ਭਾਵ ਸਜਣਾ ਨਹੀਂ ਰਿਸਾ, ਅੱਜ ਦੇ ਇਸ ਕਬੱਡੀ ਦੇ ਬਾਹਾਂ ਗੁੰਬਦੀਆਂ ਅੱਜ ਸ਼ਹੀਦੇ ਆਦਮ ਸ਼ਹੀਦ ਗੁਰਦਰਸ਼ਨ ਸਿੰਘ ਦੀ ਫੌਜੀ, ਜਿਹਨਾਂ ਦੀ ਜੁਗਾਂ ਜੁਗਾਂ ਤੋਂ ਯਾਦ ਜਿਹੜੀ ਮਨਾਈ ਜਾ ਰਹੀ ਹੈ, ਜੋ ਦੇਸ਼ ਦੇ ਲਈ ਕੁਰਬਾਨ ਹੋਵੇ। ਲੋਕ ਸ਼ਹੀਦ ਉਸਨੂੰ ਕਹਿੰਦੇ ਨੇ ਜਿਸ ਪਿਓ ਦਾ ਪੁੱਤ ਸ਼ਹੀਦ ਹੋਵੇ, ਉਹਨੂੰ ਰੋਜ਼ ਭੁਲੇਖੇ ਪੈਂਦੇ ਨੇ, ਅੱਜ ਆਜੂ ਜਾਂ ਕੱਲ ਨੂੰ ਆਜੂ ਇਹ ਕਹਿ ਕੇ ਮਨ ਸਮਝਾਉਂਦਾ ਏ। ਸੁਖਿਆ ਜੋ ਦੇਸ਼ ਦੇ ਲਈ ਕੁਰਬਾਨ ਹੋਵੇ, ਉਹ ਰਹਿੰਦੀ ਦੁਨੀਆ ਤੱਕ ਜਿਉਂਦਾ ਏ। ਸਾਹਮਣੇ ਪਈ ਹੋਈ ਕਬੱਡੀ ਪੰਡਤ ਦੀ, ਔਰ ਦੂਜੇ ਪਾਸੇ ਮੁੰਡਾ ਜੱਟਾਂ ਦਾ ਬੜਾ ਟੁੱਟ ਪੈਣਾ ਤੇ ਪੁੱਠੇ ਪੰਗੇ ਲੈਣਾ, ਫੜਿਆ ਹੋਇਆ ਕੁੱਟ ਕਹਿੰਦਾ ਦੇਣਾ ਨੀ ਹਾਂ ਛੁੱਟ। ਜਿਹੜਾ 20 ਸਕਿੰਟ ਦਾ ਜਿਹੜਾ ਘੁੱਗੂ ਹੈ ਲਕਸ਼ਮਣ ਕਾਲੀ, ਬਹੁਤ ਹੀ ਪੁਰਾਣੇ ਖਿਡਾਰੀ ਨੇ, ਉਹਨਾਂ ਦੀ ਡਿਊਟੀ ਹੈ। ਨਾਲ ਹੀ ਮੈਂ ਬੇਨਤੀ ਕਰਦਾ ਹਾਂ ਸਾਡੇ ਪ੍ਰਧਾਨ ਸਾਹਿਬ ਜੀ ਨੂੰ ਕਿ ਬਈ ਸਪਰੇਅ ਮਲਕੀਤ ਸਿੰਘ ਜੀ ਮੰਗਾ ਰਹੇ ਨੇ, ਮੋਮ ਸਪਰੇਅ ਜਿਹਨਾਂ ਦੇ ਕੋਲੇ ਹੈ ਰਾਜੂ ਵੀਰ, ਮੋਮ ਸਪਰੇਅ ਲਾ ਦੀ। ਸਾਹਮਣੇ ਪੈਂਦੀ ਹੋਈ ਕਬੱਡੀ ਇੱਕ ਪਾਸੇ ਫਿਰ ਜਸਵੀਰ ਨੇ ਪਾ ਦਿੱਤੀ ਹੈ, ਸੋਹਣੀ ਖੇਡ ਖੇਡਦਾ ਹੋਇਆ ਬਹੁਤ ਹੀ ਵਧੀਆ ਖਿਡਾਰੀ ਮੇਰੇ ਵੀਰੋ ਅੱਜ ਦੇ ਇਸ ਖੇਡ ਮੇਲਿਆਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ। ਅਗਲੀ ਕਬੱਡੀ ਪਾਉਣ ਦੇ ਲਈ ਫਿਰ ਸੇਵਕ ਵੱਧਦਾ ਹੋਇਆ, ਕਹਿੰਦੇ ਮਾੜੇ ਕੰਮ ਦਾ ਬੁਰਾ ਨਤੀਜਾ ਸਾਰੀ ਦੁਨੀਆ ਕਹਿ ਜਾਂਦੀ, ਮਾੜੇ ਕੰਮ ਦਾ ਬੁਰਾ ਨਤੀਜਾ ਸਾਰੀ ਦੁਨੀਆ ਕਹਿ ਜਾਂਦੀ, ਜਦ ਚੱਕਰੇ ਕੋਈ ਪਤੰਦਰ ਤੇ ਮਿੱਤਰੋ ਸਾਰੀ ਪੀਤੀ ਲੈ ਜਾਂਦੀ, ਜੋ ਨਸ਼ੇ ਆਸਰੇ ਰਹਿੰਦਾ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਏ। ਜਾਣ ਪਹਿਚਾਣ ਤਾਂ ਵਾਧੀ ਹੈ ਰਾਜੂ ਗੋਸਾ ਜਿਹੜਾ ਵਿੱਚ ਖਿਡਾਰੀਆਂ ਰਹਿੰਦਾ ਏ, ਜਾਣ ਪਹਿਚਾਣ ਬਹੁਤ ਵੱਡੀ ਚੀਜ਼ ਹੈ ਜਿਹੜੀ ਖਿਡਾਰੀਆਂ ਦੇ ਵਿੱਚ ਵਾਧੀ ਹੈ। ਲਾਲ ਜੀ ਸਾਹਮਣੇ ਪਈ ਹੋਈ ਕਬੱਡੀ ਸੁਖਬੀਰ ਦੀ ਹੈ, ਔਰ ਅੰਕ ਡੇਢ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਅਗਲੇ ਮੈਚ ਲਈ ਕੜਿਆਲ ਤੇ ਥੱਲੇ ਗਏ, ਕੜਿਆਲ ਤੇ ਥੱਲੇ ਗਏ ਬਾਈ ਦੀ ਗਰਾਊਂਡ ਚਾਹੀਦੀ ਟੀਮਾਂ, ਕਮੇਟੀ ਦਾ ਫੈਸਲਾ ਕਲੱਬ ਦਾ ਫੈਸਲਾ ਹੈ ਵੀ ਟੀਮ ਜਿਹੜੀ ਲੇਟ ਹੋ ਗਈ ਹੈ ਉਹਦਾ ਇੱਕ ਪੁਆਇੰਟ ਕੱਟ ਲੈਣਾ। ਇਹ ਮੈਂ ਨਹੀਂ ਕਹਿੰਦਾ, ਇਹ ਸਾਡੇ ਪ੍ਰਧਾਨ ਸਾਹਿਬ ਵੱਲੋਂ ਬੇਨਤੀ ਹੈ। ਜਿਹੜੀ ਟੀਮ ਲੇਟ ਹੁੰਦੀ ਹੈ ਚਲਦੇ ਮੈਚ ਟੀਮ ਪਹੁੰਚ ਗਈ ਠੀਕ, ਨਹੀਂ ਉਸ ਟੀਮ ਦਾ ਇੱਕ ਪੁਆਇੰਟ ਕੱਟ ਲਿਆ ਜਾਵੇਗਾ। ਇਹ ਜ਼ਰੂਰੀ ਬੇਨਤੀ ਹੈ ਫਰੈਂਡ ਡਿਜੀਟਲ ਸਟੂਡੀਓ
ਸਾਡੇ ਗੁੱਸੇ ਕੋਟਲੇ ਵਾਲੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਫਰੈਂਡ ਡਿਜੀਟਲ ਸਟੂਡੀਓ ਖੁਸਾ ਕੋਟਲਾ, ਪ੍ਰੀਤ ਡਿਜੀਟਲ ਸਟੂਡੀਓ ਖੁਸਾ ਕੋਟਲਾ, ਪੰਜਾਬ ਲਾਈਵ 1.com ਡਰੋਲੀ ਵਾਲੇ, ਔਰ ਨਾਲ ਹੀ ਕੇਵਲ ਤੇ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਇਹ ਮੇਰੇ ਵੀਰੋ ਉਹ ਟਿੱਸੇ ਖਾਂ ਤੋਂ ਜਿੰਨਿਆਂ ਪਿੰਡਾਂ ਦੇ ਵਿੱਚ ਕੇਵਲ ਜਾਂਦੀ ਹੈ ਉਹਨਾਂ ਪਿੰਡਾਂ ਦੇ ਵਿੱਚ ਆਪਾਂ ਨੂੰ ਇਹ ਲਾਈਵ ਦੇਖਣ ਨੂੰ ਮਿਲ ਰਿਹਾ। ਸਾਹਮਣੇ ਜਸਵੀਰ ਨੇ ਕਬੱਡੀ ਪਾ ਦਿੱਤੀ ਹੈ, ਇੱਕ ਪਾਸੇ ਪੱਪੇ ਨਾਲ ਬੂਟਾ ਮੇਰੇ ਵੀਰੋ ਕੋਸ਼ਿਸ਼ ਕਰਦਾ ਹੋਇਆ, ਇੱਕ ਬੂਟਾ ਤੁਹਾਡੇ ਆਪਣੇ ਪਿੰਡ ਦਾ ਬਹੁਤ ਹੀ ਸੋਹਣਾ ਖਿਡਾਰੀ ਹੈ, ਇੱਕ ਇਹ ਬੂਟਾ ਜਿਹੜਾ ਅੱਜ ਮੇਰੇ ਵੀਰੋ ਖੇਡ ਰਿਹਾ ਇਹਨਾਂ ਗਰਾਊਂਡਾਂ ਦੇ ਵਿੱਚ, ਔਰ ਇਹ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਚੂੜ ਚੱਕ ਸੋਹਣੀ ਟੀਮ ਹੈ। ਮੇਰੇ ਤੋਂ ਪਹਿਲਾਂ ਮੇਰਾ ਛੋਟਾ ਵੀਰ ਸੁਰਿੰਦਰ ਚੂੜ ਚੱਕ ਜੋ ਕੱਲ੍ਹ ਤੋਂ ਲੈ ਕੇ ਪਰਸੋਂ ਤੋਂ ਲੈ ਕੇ ਸੇਵਾਵਾਂ ਨਿਭਾ ਰਹੇ ਨੇ, ਬਹੁਤ ਹੀ ਵਧੀਆ ਬੋਲ ਧੰਨਵਾਦ ਹੈ। ਨਾਲ ਅਮਰੀਕ ਖੋਸਾ ਸਾਡਾ ਵੀਰ, ਸਾਹਮਣੇ ਪਈ ਹੋਈ ਕਬੱਡੀ ਸੁਖਬੀਰ ਤੇ ਸੇਵਕ, ਇੱਕ ਸੁਖਬੀਰ ਸਰਾਵਾਂ ਵਾਲਾ ਜੋ ਵਰਲਡ ਕੱਪ ਦੇ ਵਿੱਚ ਨਾਮ ਚੱਲਿਆ ਵੀਰੇ ਵੀਰਿਓ, ਇੱਕ ਸੇਵਕ ਕਿਤੇ ਸੇਵਕ ਭਾਣੇ ਦੀ ਧਰਤੀ ਦਾ ਫੜਿਆ ਹੋਇਆ ਗੁੱਟ, ਲੱਗੀ ਹੋਈ ਕੈਂਚੀ ਤੇ ਵੀ ਇਹ ਪੁਆਇੰਟ ਜਿਹੜਾ ਜਾਪੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਬਾਈ ਸੁੱਖੇ ਜਿਹੜੀ ਪਹਿਲੀ ਟੀਮ ਆਪਣੀ ਖੇਡ ਕੇ ਗਈ ਆ ਉਹਦੇ ਵਿੱਚ ਰੋਡੇ ਜੇਤੂ ਆ ਜੀ, ਜੇ ਤਰਾਜੀ ਲਾਉਦੀ ਇਹ ਇੱਥੇ ਜ਼ਰੂਰ ਲਿਖੀ ਜਾਵੇ ਕਿਉਂਕਿ ਚੜਕ ਤੇ ਰੋਡਿਆਂ ਦਾ ਜਿਹੜਾ ਮੈਚ ਸੀ ਉਹ ਇਤਰਾਜ ਕਮੇਟੀ ਨੇ ਫੈਸਲਾ ਲਿਆ ਵੀ ਉਹਦੇ ਵਿੱਚ ਰੋਡਿਆਂ ਦੀ ਜਿਹੜੀ ਟੀਮ ਹੈ ਉਹ ਜੇਤੂ ਹੈ। ਇਹ ਨੋਟ ਕਰ ਲਓ ਬਾਈ ਜੀ, ਰੋਡੇ ਜਿਹੜੀ ਟੀਮ ਹੈ ਉਹ ਜੇਤੂ ਰਹੀ ਹੈ। ਚੱਲ ਵੀ ਸੱਜਣਾ ਪਾਪਰ ਕਬੱਡੀ, ਬਾਈ ਸੁੱਕੇ ਜਿਹਦੇ ਫੋਟੋ ਖਿੱਚੀ ਹੋਈ ਖਿਡਾਰੀਆਂ ਦੀ ਤੇ ਉਹਦੇ ਕੋਈ ਇਤਰਾਜ ਲੱਗਦਾ ਹੋਇਆ ਉਹਦੇ 'ਚ ਕੋਈ ਇਤਰਾਜ ਨਹੀਂ ਹੋਣਾ ਗਾ ਜਿਹੜੇ ਬੰਦੇ ਪਹਿਲਾਂ ਖੇਡ ਕੇ ਫੋਟੋ ਖਿੱਚੀ ਹੋਈ। ਲਾਉਦੀ ਨਾਲ ਹੀ ਮੈਂ ਦੱਸ ਦੇਵਾਂ, ਖਿਡਾਰੀ ਨੋਟ ਕਰ ਲੈਣ, ਚਾਹੇ 70 ਕਿਲੋ ਦੀ ਗੱਲ ਹੋਵੇ ਚਾਹੇ ਅਸੀਂ ਅੱਜ ਓਪਨ ਦੇ ਮੈਚ ਸ਼ੁਰੂ ਕਰਦੇ ਨੇ, ਜਿਸ ਕਿਸੇ ਖਿਡਾਰੀ ਦੀ ਜਿਹੜੀ ਤਸਵੀਰ ਖਿੱਚੀ ਗਈ ਉਹ ਖਿਡਾਰੀ ਬਾਈ ਜੀ ਸਿਰੇ ਤੱਕ ਖੇਡਣਗੇ। ਇਹ ਬੇਨਤੀ ਹੈ ਕੋਈ ਵੀ ਕਿਸੇ ਦਾ ਜਿਹੜਾ ਸਾਡੀ ਫੈਡਰੇਸ਼ਨ ਦੇ ਜਿਹੜਾ ਇਹ ਫੈਸਲਾ ਲਿਆ ਹੈ ਇਤਰਾਜ਼ ਨਹੀਂ ਮੰਨਿਆ ਜਾਵੇਗਾ। ਚੱਲ ਵੀ ਸੱਜਣਾ ਪਾਪਰ ਕਬੱਡੀ, ਅਗਲੀ ਕਬੱਡੀ ਮੇਰੇ ਵੀਰੋ ਇਹ ਸਾਡਾ ਵੀਰ ਜਸਵੀਰ ਪਾਵੇਗਾ। ਕਹਿੰਦੇ ਸੱਚੇ ਯਾਰ ਸਾਨੂੰ ਮਿਲੇ ਨੇ ਖੁਦਾ ਵਰਗੇ, ਕਿਸੇ ਗਰੀਬ ਦੀ ਦਿੱਤੀ ਹੋਈ ਦੁਆ ਵਰਗੇ। ਵਾਹ ਸੱਜਣ, ਜੇ ਹੁੰਦੀ ਨਾ ਕਬੱਡੀ ਤੇ ਕੋਈ ਕੋਚ ਵੀ ਨਾ ਹੁੰਦਾ ਅੱਜ ਮੇਰੇ ਵੀਰੋ, ਜੇ ਕਬੱਡੀ ਨਾ ਹੁੰਦੀ ਤੇ ਕਬੱਡੀ ਦਾ ਕੋਈ ਕੋਚ ਵੀ ਨਹੀਂ ਹੋਣਾ ਸੀ। ਬਹੁਤ ਮਾਣ ਹੈ ਕਬੱਡੀ। ਹੈਲੋ ਸਟੂਡੀਓ ਵਾਲੇ ਨੂੰ ਬੇਨਤੀ ਆ ਵੀ ਸਾਡੇ ਨਾਲ ਸੰਪਰਕ ਕਰੇ ਕੈਮਰੇ ਵਾਲਾ ਬੰਦਾ। ਸੋ ਵੱਡਾ ਮਾਣ ਕਬੱਡੀ ਨੇ ਦਿੱਤਾ ਹੈ। ਜੇ ਆਪਾਂ ਠੰਡੇ ਦਿਮਾਗ ਦੇ ਨਾਲ ਵੀ ਗੱਲ ਸੋਚ ਲਈਏ ਵੀ ਜੇ ਕਬੱਡੀ ਨਾ ਹੁੰਦੀ ਤੇ ਪਤਾ ਨੀ ਕਿੰਨੇ ਕੁ ਇਨਸਾਨ ਜਿਹੜੇ ਸੋਜੀ ਵੱਲੋਂ ਟੱਕਰਾਂ ਮਾਰਨੀ ਸੀ, ਕਿੰਨੇ ਲੋਕ ਕਬੱਡੀ ਦੇ ਨਾਂ ਤੇ ਮਾਇਆ ਦੇ ਮੇਰੇ ਵੀ ਉਹ ਸਾਧਨ ਬਣੇ ਹੋਏ ਨੇ। ਕੋਈ ਰੈਫਰੀ ਕਰਕੇ ਕਮਾ ਰਿਹਾ, ਕੋਈ ਕਮੈਂਟਰੀ ਕਰਕੇ ਕਰਵਾ ਰਿਹਾ, ਕੋਈ ਖੇਡਦਾ, ਕੋਈ ਮੂਵੀ ਬਣਾ ਰਿਹਾ, ਕਿਸੇ ਦਾ ਨੈੱਟ ਚਲਾਇਆ ਹੋਇਆ, ਕੋਈ ਗੇਮਾਂ ਕਰਦਾ, ਔਰ ਮੇਰੇ ਵੀਰੋ ਕੋਈ ਸੀਡੀਆਂ ਵੇਚਦਾ, ਕੋਈ ਕਿਤਾਬਾਂ ਲਿਖਦਾ, ਔਰ ਕਿੰਨੇ ਢਾਂਚੇ ਨੇ ਜਿਹੜੇ ਕਬੱਡੀ ਦੇ ਨਾਲ ਜੁੜੇ ਨੇ। ਕਿਤੇ ਸਾਊਂਡ ਲੱਗਦੀ ਹੈ, ਹਰ ਚੀਜ਼ ਕਬੱਡੀ ਦੇ ਨਾਲ ਸੰਬੰਧਿਤ ਹੈ। ਇਹ ਕਬੱਡੀ ਨੇ ਮੇਰੇ ਵੀਰੋ ਜਿਹੜੀ ਵੱਖਰੀ ਦੀ ਰੋਟੀ ਰੋਜੀ ਦਿੱਤੀ ਹੈ, ਇਹ ਕਿਸੇ ਫੈਕਟਰੀਆਂ ਨਾਲੋਂ ਘੱਟ ਨਹੀਂ ਕਬੱਡੀ।
ਲੱਖਾਂ ਖਿਡਾਰੀ ਆ ਜਿਹੜੇ ਔਰ ਕਿੰਨੇ ਖੇਡ ਮੇਲੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਕਰਵਾਏ ਜਾਂਦੇ ਨੇ ਔਰ ਹਰ ਥਾਂ ਵੱਡਾ ਮਾਣ ਮਿਲਦਾ ਇਸ ਬਾਗ ਖੇਡ ਕਬੱਡੀ ਨੂੰ। ਔਰ ਬੂਟਾ ਤੇ ਸੁਖਬੀਰ ਇੱਕ ਪਾਸੇ ਖਿਡਾਰੀ ਸੁਖਬੀਰ ਹੈ ਔਰ ਦੂਜੇ ਪਾਸੇ ਬੂਟਾ, ਕਿਤੇ ਬੂਟਾ ਤਲਵਣ ਵਾਲਾ ਔਰ ਇਹ ਬੂਟਾ ਮੇਰੇ ਵੀਰੋ ਜੱਫਾ ਲਾ ਕੇ ਇੱਕ ਅੰਕ ਦਾ ਵਾਧਾ ਕਰਦਾ ਹੋਇਆ। ਮੇਜਰ ਸਿੰਘ ਜੀ ਖੋਸਾ ਚੂੜ ਚੱਕ ਦੀ ਸਮੁੱਚੀ ਟੀਮ ਦੇ ਲਈ 100 ਰੁਪਇਆ ਭੇਜਦੇ ਨੇ, ਬਹੁਤ ਬਹੁਤ ਧੰਨਵਾਦ ਹੈ। ਮੇਜਰ ਸਿੰਘ ਜੀ ਖੋਸਾ ਚੂੜ ਚੱਕ ਦੀ ਸਮੁੱਚੀ ਟੀਮ ਦੇ ਲਈ 100 ਰੁਪਏ ਦੇ ਵੱਡੇ ਮਾਣ ਭੇਜ ਦਿੱਤੇ ਨੇ। ਲਾਦੀ ਅਗਲੀ ਜਿਹੜੀ ਟੀਮ ਕੜਿਆਲ ਦੀ ਹੋਵੇਗੀ ਧੱਲੇਕਿਆਂ ਦੇ ਨਾਲ। ਸੋ ਮੈਂ ਦੇਖ ਰਿਹਾ ਵੀ ਧੱਲੇਕਿਆਂ ਦੀ ਟੀਮ ਜਿਹੜੀ ਪਹੁੰਚ ਗਈ ਹੈ, ਸੋ ਕੜਿਆਲ ਵਾਲਿਆਂ ਨੂੰ ਬੇਨਤੀ ਹੈ ਪਹੁੰਚੋ ਕੜਿਆਲ। ਬਾਕੀ ਥੋੜਾ ਮੈਚ ਹੋਵੇਗਾ ਇਹਨਾਂ ਟੀਮਾਂ ਦੇ ਦਰਮਿਆਨ। ਕੜਿਆਲ ਦੀ ਟੀਮ ਜਲਦੀ ਤੋਂ ਜਲਦੀ ਜਿਹੜੀ ਗਰਾਊਂਡਾਂ ਦੇ ਵਿੱਚ ਪਹੁੰਚੇ ਕੜਿਆਲ। ਲਓ ਜੀ ਦੋਨੇ ਟੀਮਾਂ ਨਜ਼ਰ ਆ ਰਹੀਆਂ ਨੇ ਔਰ ਜਲਦੀ ਤੋਂ ਜਲਦੀ ਦੂਜੀਆਂ ਜਿਹੜੀਆਂ ਟੀਮਾਂ ਉਹ ਵੀ ਤਿਆਰੀ ਖਿੱਚ ਲੈਣ ਤਾਂ ਕਿ ਮੁਕਾਬਲੇ ਜਿਹੜੇ ਬਹੁਤ ਹੀ ਵਧੀਆ ਜਿਹੜੇ ਤੁਹਾਨੂੰ ਅੱਜ ਦੇਖਣ ਨੂੰ ਮਿਲਣੇ ਨੇ। ਖੇਡਾਂ ਖੋਸੇ ਕੋਟਲੇ ਦੀਆਂ ਚਿੱਤ ਲਾ ਕੇ ਦੇਖਣੀਆਂ, ਸਾਰੀ ਰਾਤ ਨੀਂਦ ਨੀ ਆਉਣੀ ਜੇ ਰੇਟਾਂ ਪਾ ਕੇ ਦੇਖਣੀਆਂ। ਹੈਲੋ, ਅੱਜ ਪਟਾਕੇ ਪੈਣੇ ਨੇ। ਸੁੱਖੇ ਵੀਰ ਸਾਡੇ ਕੋਲ ਆਏ ਮੜਾ ਲਾਉਦੀ ਨਾਲ ਹੀ ਕੜਿਆਲ ਤੇ ਧੱਲੇਕੀ ਇਹ ਟੀਮਾਂ ਦੋਨੇ ਗਰਾਊਂਡ ਦੇ ਵਿੱਚ ਹਾਜ਼ਰ ਨੇ। ਸੋਹਣਾ ਮੈਚ ਹੋਵੇਗਾ ਕੜਿਆਲ ਵਰਸਜ ਧੱਲੇਕੀ। ਬਾਈ 70 ਕਿਲੋ ਦੀਆਂ ਟੀਮਾਂ ਦੇ ਵਿੱਚ ਜਿਹਦੀ ਸਨੈਪ ਲੱਗੀ ਹੋਈ, ਫੋਟੋ ਲੱਗੀ ਹੋਈ, ਉਹਦੇ ਉੱਤੇ ਕੋਈ ਵੀ ਇਤਰਾਜ਼ ਨਹੀਂ ਮੰਨਿਆ ਜਾਵੇਗਾ। ਇਹ ਬੇਨਤੀ ਹੈ ਸਾਡੇ ਪ੍ਰਬੰਧਕ ਵੀਰਾਂ ਵੱਲੋਂ। ਅਗਲੇ ਮੈਚ ਲਈ ਮੈਂ ਰੈਫਰੀਆਂ ਨੂੰ ਬੇਨਤੀ ਕਰਦਾ ਵੀ ਕੜਿਆਲ ਤੇ ਧੱਲੇਕਿਆਂ ਦਾ ਜਿਹੜਾ ਮੈਚ ਚਾਲੂ ਕਰਵਾਇਆ ਜਾਵੇ, ਕੜਿਆਲ ਵਰਸੇ ਧੱਲੇਕੇ। ਔਰ ਉਸ ਤੋਂ ਅਗਾਂਹ ਜਨੇਰ ਤੇ ਸ਼ੂਸ਼ਕ, ਨਿਧਾਂ ਵਾਲਾ ਤੇ ਭਲੂਰ, ਔਗੜ ਤੇ ਖੋਸਾ ਕੋਟਲਾ, ਇਹ ਵੀ ਟੀਮਾਂ ਤਿਆਰੀ ਖਿੱਚ ਲੈਣ।
ਲਓ ਜੀ ਚੂੜ ਚੱਕ ਜਿੱਤ ਗਈ ਹੈ ਜੀ ਰਾਜੂ। ਟੀਮਾਂ ਨੂੰ ਬੇਨਤੀ ਹੈ ਵੀ ਮੁਕਾਬਲਾ ਜਿਹੜਾ ਚਾਲੂ ਕੀਤਾ ਜਾਵੇ। ਲਓ ਜੀ ਮੁਕਾਬਲਾ ਜਿਹੜਾ ਸ਼ੁਰੂ ਕਰਵਾਇਆ ਜਾਵੇ ਸਾਡੇ ਰੈਫਰੀ ਭਿੰਦਰ ਰੰਡਿਆਲਾ ਦੇ ਨਾਲ ਸੇਬੀ ਸਾਡਾ ਵੀਰ ਦਾਤੇਵਲ। ਔਰ ਅਗਲੇ ਟੀਮਾਂ ਦੇ ਲਈ ਮੈਂ ਬੇਨਤੀ ਕਰਦਾ ਹਾਂ ਸ਼ੂਸ਼ਕ ਵਰਸਜ ਜਨੇਰ, ਇਹ ਟੀਮਾਂ ਤਿਆਰੀ ਖਿੱਚ ਲੈਣ। ਸੋਹਣਾ ਮੈਚ ਹੋਵੇਗਾ ਇਹਨਾਂ ਟੀਮਾਂ ਦੇ ਦਰਮਿਆਨ। ਔਰ ਸਾਡੇ ਬਾਹਰੋਂ ਆਏ ਪੰਜ ਸਰਪੰਚ ਔਰ ਇਲਾਕੇ ਦੇ ਹੋਰ ਵੀ ਬਹੁਤ ਵਾਰ ਸੱਜਣ ਨੇ, ਸਾਡੇ ਪ੍ਰਧਾਨ ਨਿਰਮਲ ਸਿੰਘ ਜੀ ਕਲੇਰ ਸਾਹਿਬ ਔਰ ਸਾਡੇ ਕਲੱਬ ਦੇ ਬਾਕੀ ਸਤਿਕਾਰ ਜੋ ਵੀ ਮੈਂਬਰ ਨੇ, ਸਤਨਾਮ ਸਿੰਘ ਜੀ ਆਂਟੀਆ ਸਾਹਿਬ ਔਰ ਸਮੁੱਚੀ ਕਲੱਬ ਵੱਲੋਂ ਜਿੰਨੇ ਵੀ ਬਾਹਰੋਂ ਦਰਸ਼ਕ ਵੀਰ ਵੀ ਆਏ ਨੇ ਸਾਰਿਆਂ ਦਾ ਧੰਨਵਾਦ ਹੈ। ਲਓ ਜੀ ਮੈਂ ਦੱਸ ਦੇਵਾਂ ਵੀ ਇਸ ਵਕਤ ਕੜਿਆਲ ਦੀ ਜਿਹੜੀ ਟੀਮ ਹੈ ਇਹ ਖੇਤਾਂ ਵਾਲੀ ਸਾਈਡ ਜਾਪਦੀ ਹੈ, ਔਰ ਧੱਲੇ ਕਹਿੰਦੀ ਜਿਹੜੀ ਟੀਮ ਹੈ ਇਹ ਟੀਮ ਗੇਟ ਵਾਲੀ ਸਾਈਡ ਚਲੀ ਗਈ ਹੈ। ਔਰ ਇਹਨਾਂ ਮੈਚਾਂ ਦੀ ਜਿਹੜੀ ਰੈਫਰੀ ਹੈ ਸੇਬੀ ਦਾਤੇ ਵਾਲਾ ਧੱਲੇ ਕਹਿ ਵਾਲੀ ਸਾਈਡ, ਔਰ ਕੜਿਆਲ ਵਾਲੀ ਸਾਈਡ ਭਿੰਦਰ ਰੰਡਿਆਲੇ ਵਾਲਾ, ਪਾਣੀ ਤੇ ਡਿਊਟੀ ਮਲਕੀਤ ਸਿੰਘ ਜੀ ਸਾਡੇ ਉਹਨਾਂ ਦੀ ਹੈ। ਔਰ ਪਹਿਲੀ ਕਬੱਡੀ ਮੈਂ ਦੇਖ ਰਿਹਾ ਵੀ ਕਬੱਡੀ ਪਾਉਣ ਦੇ ਲਈ ਤਿਆਰ ਫੁਰ ਤਿਆਰ ਖੜਾ ਹੈ, ਪਰ ਧੱਲੇ ਕਹਿੰਦਾ ਜਾਪੀ ਇੱਕ ਇੱਧਰ ਦੀ ਵੇਟ ਹੋ ਰਹੀ ਹੈ। ਲਾਲ ਜੀ ਪਹਿਲੀ ਕਬੱਡੀ ਇਸ ਖਿਡਾਰੀ ਨੂੰ ਹਰਜੋਤ ਆਖਦੇ ਨੇ, ਬਹੁਤੀ ਸੋਹਣੀ ਖੇਡ ਦਾ ਬਾਲਕ। ਪਿਛਲੇ ਦਿਨੀ ਬਾਗੇ ਪੁਰਾਣੇ ਦੇ ਕੱਪ ਤੇ ਮੇਰੇ ਵੀ ਉਹ 70 ਕਿਲੋ ਦੇ ਵਿੱਚ LCD ਜਿੱਤ ਕੇ ਆਇਆ ਹੈ। ਤੇ ਨਾਲ ਮੈਂ ਦੱਸ ਦੇਵਾਂ ਵੀ ਇਸ ਖੇਡ ਮੇਲੇ ਤੇ 70 ਕਿਲੋ ਨੂੰ TV ਰੱਖੇ ਗਏ ਨੇ, ਔਰ ਓਪਨ ਦੇ ਵਿੱਚ LCDਾਂ ਰੱਖੀਆਂ ਗਈਆਂ ਓਵਰ ਟੂ ਸਟੇਜ। ਓਪਨ ਦੀਆਂ ਟੀਮਾਂ ਨੂੰ ਬੇਨਤੀ ਆ ਵੀ ਸਾਡੇ ਕੋਲ ਐਂਟਰੀਆਂ ਪਵਾ ਦਿਓ ਓਪਨ ਦੀਆਂ ਟੀਮਾਂ, ਫਿਰ ਅਸੀਂ ਟਾਈਆਂ ਕੱਢਣ ਲੱਗੇ। ਜੱਗਾ ਪਿੰਡਰ ਗਰਾਊਂਡ ਦੇ ਵਿੱਚ ਪਹੁੰਚੇ, ਜੱਗਾ ਪਿੰਡਰ ਇਸ ਗੱਭਰੂ ਨੂੰ ਜੀਤਾ ਆਖਦੇ ਨੇ। ਗੁਰਜੰਟ ਸਿੰਘ ਜੰਟਾ ਧੱਲੇਕਿਆਂ ਵਾਲਾ ਪੈਰੋ ਪਿੰਡ ਰਹਿੰਦਾ ਹੈ, ਔਰ ਬੜੀ ਮਿਹਨਤ ਲਵਾਉਂਦਾ ਇਹਨਾਂ ਖਿਡਾਰੀਆਂ ਦੀ। ਔਰ ਆ ਖਿਡਾਰੀ ਮੇਰੇ ਵੀਰੋ ਬਾਗੇ ਪੁਰਾਣੇ ਦੇ ਖੇਡ ਮੇਲੇ ਤੇ ਬੈਸਟ ਜਾਫੀ ਨਿਕਲਿਆ, ਔਰ ਇਹਨੂੰ ਵੀ LCD ਦਿੱਤੀ ਗਈ ਹੈ। ਇਹ ਕੜਿਆਲ ਦੀ ਟੀਮ ਨੇ ਪਹਿਲਾ ਨੰਬਰ ਲਾਇਆ, ਹਰਜੋਤ ਬੈਸਟ ਰੇਡਰ ਨਿਕਲਿਆ ਤੇ ਕੇਲੂ ਬੈਸਟ ਜਾਫੀ ਨਿਕਲਿਆ। ਔਰ ਅੱਜ ਦੇਖਣਾ ਵੀ ਪ੍ਰਧਾਨ ਨਿਰਮਲ ਸਿੰਘ ਕਹਿੰਦੇ ਵੀ ਸਾਡੇ ਇਸ ਖੇਡ ਮੇਲੇ ਚੋ ਬੈਸਟ ਜਾਵੇਗਾ, ਔਰ ਕੌਣ ਵਧੀਆ ਖੇਡ ਕੇ ਜੱਫਾ ਲਾਵੇਗਾ। ਸਾਹਮਣੇ ਹਰਜੋਤ ਮੇਰੇ ਵੀਰੇ ਤੂਰ ਪਰਿਵਾਰ ਦਾ ਹੀਰਾ, ਦੂਜੇ ਪਾਸੇ ਨਿੰਦਰ ਜਾਵਾਂ ਦਾ ਪੁੱਤਰ ਮੇਰੇ ਵੀਰੇ, ਜਿੱਥੋਂ ਦੇ ਸੁਖਮੰਦਰ ਸਿੰਘ ਜੀ ਜਾਲ ਸਾਹਿਬ ਅੱਜ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪਹੁੰਚ ਰਹੇ ਨੇ। ਸੋਹਣੇ ਸ਼ੌਂਕ ਰੱਖਦੇ ਨੇ ਟੀਮਾਂ ਦੇ ਨਾਲ ਅਗਲੀ ਕਬੱਡੀ ਪਾਉਣ ਦੇ ਲਈ, ਫਿਰ ਕਹਿੰਦੇ ਨੇ ਵੀ
ਤਾਂ ਲੇਗਾਂ ਦੀ ਤਰਫੋਂ ਸਲੀਣੇ ਵਾਲ ਬਾਹ ਸਜਣ ਦੋ ਖਿਡਾਰੀ ਬਾਹਰੋਂ ਨੇ ਮੇਰੇ ਵੀਰਿਓ ਪਿਛਲੀ ਵਾਰ ਐਸ ਗੱਭਰੂ ਦੇ ਵੀ ਪੇਪਰ ਮੇਰੇ ਵੀਰਿਓ ਕੈਨੇਡਾ ਦੇ ਵਿੱਚੋਂ ਆਏ ਔਰ ਕਿਸੇ ਕਾਰਨ ਵੀਜ਼ਾ ਨਹੀਂ ਲੱਗ ਸਕਿਆ ਪਰ ਇਸ ਸਾਲ ਮੇਰੇ ਵੀਰੋ ਪੂਰੀਆਂ ਤਿਆਰੀਆਂ ਕਰ ਲਈਆਂ ਨੇ ਔਰ ਦੂਜੇ ਪਾਸੇ ਗਿੱਲ ਪਰਿਵਾਰ ਦਾ ਜਲਾਵਰ ਸਿੰਘ ਦਾ ਪੁੱਤਰ ਮੇਰੇ ਵੀਰੋ ਜੋ ਕਿ ਪੰਚਾਇਤ ਮੈਂਬਰ ਨੇ ਰਾਜਪਾਲ ਆਖਦ ਨੇ ਸੋਹਣੇ ਜੱਥੇ ਦੀ ਕੋਸ਼ਿਸ਼ ਕੀਤੀ ਪਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਇੱਧਰ ਮੱਥਾ ਟੇਕ ਵਾਜੀ ਵਾ ਨਹੀਂ ਰਿਸਾ ਹੈਲੋ ਸਾਡੇ ਨਾਲ ਸੇਵਾ ਮੈਡੀਕਲ ਵਾਲਾ ਵੀ ਬਾਹਰ ਕੈਨੇਡਾ ਦੇ ਵਿੱਚ ਜੁੜਿਆ ਹੋਇਆ ਉਹਨੇ ਸਾਰੇ ਪਿੰਡ ਨੂੰ ਸਤਿ ਸ਼੍ਰੀ ਅਕਾਲ ਬੁਲਾਉਣ ਦਾ ਕਿਹਾ ਸੇਵਾ ਮੈਡੀਕਲ ਹੈਲੋ ਆਹ ਉੱਪਰ ਦੀਆਂ ਟੀਮਾਂ ਨੂੰ ਬੇਨਤੀ ਆ ਜਿੰਨੀਆਂ ਵੀ ਟੀਮਾਂ ਸਾਡੇ ਕੋਲ ਇੱਥੇ ਪਹੁੰਚੀਆਂ ਉਹ ਸਾਡੇ ਕੋਲ ਐਂਟਰ ਹੋ ਜਾਣ ਓਪਨ ਕਿਸੇ ਵੀ ਪਿੰਡ ਦੀ ਟੀਮ ਆਈ ਹੈ ਤਾਂ ਸਾਡੇ ਕੋਲ ਐਂਟਰ ਹੋ ਜਾਏ ਅਸੀਂ ਜਲਦੀ ਉਹਨਾਂ ਦੀਆਂ ਟਾਈਆਂ ਕੱਢ ਦੇਣੀਆਂ ਬਾਅਦ ਦੇ ਵਿੱਚ ਅਸੀਂ ਓਪਨ ਦੇ ਮੈਚ ਹੀ ਕਰਾਉਣੇ ਆ ਜਲਦੀ ਤੋਂ ਜਲਦੀ ਓਪਨ ਦੀਆਂ ਟੀਮਾਂ ਜਿੰਨੀਆਂ ਵੀ ਆਸੇ ਪਾਸੇ ਫਿਰਦੀਆਂ ਉਹ ਇੱਥੇ ਆ ਕੇ ਸਟੇਜ 'ਤੇ ਸਾਨੂੰ ਮਿਲਣ ਲਓ ਜੀ ਨਾ ਜੀ ਮੈਂ ਦੱਸ ਦੇਵਾਂ ਵੀ ਸਾਡੇ ਵੀਰ ਬਹੁਤ ਹੀ ਸਤਿਕਾਰਯੋਗ ਮੇਰਾ ਵੱਡਾ ਵੀਰ ਪੱਪੂ ਹਾਂਗਕਾਂਗ ਡਰੋਲੀ ਪਿੰਡ ਹੈ ਨਾਲ ਹੀ ਗੋੜਾ ਹਾਂਗਕਾਂਗ ਵਾਲਾ ਡਰੋਲੀ ਵਾਲੇ ਉਹ ਵੀ ਨੈੱਟ ਤੇ ਜੁੜ ਚੁੱਕੇ ਨੇ ਔਰ ਨਾਲ ਮੇਰਾ ਵੀਰ ਅਵਤਾਰ ਬਰਾੜ ਲੰਗਿਆਣ ਹਾਂਗਕਾਂਗ ਔਰ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਵੀਰ ਰੇਸ਼ਮ ਕੈਨੇਡਾ ਸਰੀ ਸ਼ਹਿਰ ਤੋਂ ਜੁੜ ਚੁੱਕੇ ਨੇ ਉਹਨਾਂ ਦਾ ਧੰਨਵਾਦ ਔਰ ਹਰਦੀਪ ਸਿੰਘ ਤੂਰ ਮਨੀਲਾ ਸ਼ਹਿਰ ਸਾਡੇ ਸਤਨਾਮ ਸਿੰਘ ਜੀ ਦੇ ਬ੍ਰਦਰ ਨੇ ਉਹ ਵੀ ਮਨੀਲਾ ਤੋਂ ਜੁੜ ਚੁੱਕੇ ਨੇ ਧੰਨਵਾਦ ਹੈ ਔਰ ਮੈਂ ਪਿੰਡ ਦੇ ਪਤਵੰਤੇ ਸੱਜਣ ਬੈਠੇ ਨੇ ਜੇ ਕੋਈ ਆਪਣਾ ਰਿਸ਼ਤੇਦਾਰ ਮਿੱਤਰ ਨੈੱਟ ਤੇ ਮੈਚ ਵੇਖਦਾ ਹੈ ਸੋ ਪ੍ਰਧਾਨ ਨਿਰਮਲ ਸਿੰਘ ਜੀ ਵੱਲੋਂ ਬੇਨਤੀ ਹੈ ਕਿ ਉਹ ਸਾਨੂੰ ਆ ਕੇ ਜ਼ਰੂਰ ਦੱਸੇ ਸਾਡੀ ਕਲੱਬ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਜਾਵੇਗਾ ਰੇਸ਼ਮ ਸਿੰਘ ਜੀ ਤੂਰ ਕੈਨੇਡਾ ਤੇ ਕਰਨਪਾਲ ਸਿੰਘ ਜੀ ਕੈਨੇਡਾ ਇਕੱਠੇ ਨੈੱਟ ਤੇ ਬੈਠੇ ਨੇ ਮੈਚ ਦੇਖ ਰਹੇ ਨੇ ਜਿਹੜੀ ਟੀਮ ਜਿੱਤਦੀ ਹੈ ਜਿਹੜੀ ਟੀਮ ਵੀ ਜਿੱਤੇਗੀ ਉਹਨੂੰ 500 ਰੁਪਇਆ ਦਿੱਤਾ ਜਾਵੇਗਾ ਰੇਸ਼ਮ ਸਿੰਘ ਜੀ ਤੂਰ ਕੈਨੇਡਾ ਔਰ ਕਰਨਪਾਲ ਸਿੰਘ ਜੀ ਤੂਰ ਕੈਨੇਡਾ ਔਰ 100 ਰੁਪਇਆ ਮੇਰੇ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਨੇ ਬਹੁਤ ਬਹੁਤ ਧੰਨਵਾਦ
ਲਾਦੀ ਸਾਹਮਣੇ ਕਹਿੰਦੇ ਨੇ ਕਬੱਡੀ ਪਾਉਂਦਾ ਹੋਇਆ ਮਹਿਰੂ ਦੀ ਧਰਤੀ ਦਾ ਬਹੁਤ ਹੀ ਸੋਹਣਾ ਖਿਡਾਰੀ ਔਰ ਦੂਜੇ ਪਾਸੇ ਭਿੰਦਰ ਦੇਖਦਾ ਬਹੁਤ ਹੀ ਵਧੀਆ ਕਬੱਡੀ ਖੇਡੀ ਰੰਡਿਆਲੇ ਵਾਲੇ ਤੇ ਔਰ ਪੈਂਦੀ ਹੋਈ ਕਬੱਡੀ ਨਾਲ ਮੈਂ ਦੱਸ ਰਿਹਾ ਵੀ ਕੇਲੂ ਕਹਿੰਦੇ ਨੇ ਵੀ ਜਲਾਲਾਬਾਦ ਦੀ ਧਰਤੀ ਤੇ 18-19-20 ਤਰੀਕ ਨੂੰ ਖੇਡਾਂ ਜਲਾਲਾਬਾਦ ਦੀਆਂ ਦੇਖਣ ਯੋਗ ਹੈ ਅਗਲੀ ਕਬੱਡੀ ਪਾਉਂਦਾ ਹੋਇਆ ਕਹਿੰਦੇ 6 ਫੁੱਟ ਕੱਦ ਹੋਵੇ ਸੋਹਣਾ ਹੱਥੋਂ ਵੱਧ ਹੋਵੇ ਖੇਡ ਦਾ ਕਬੱਡੀ ਹੋਵੇ ਸਿਰੇ ਦਾ ਖਿਡਾਰੀ ਹੋਵੇ ਗੱਲ ਬਣੇ ਤਾਂ ਸੁਖ ਹੈ ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਨ ਸੁਖ ਹੈ ਹਰਜੋਤ ਦੀ ਪਈ ਹੋਈ ਕਬੱਡੀ ਔਰ ਜਿੰਦਰ ਦਾ ਪੀਰ ਮੇਰੇ ਵੀਰੇ ਜਿੰਦਰ ਨੇ ਕੋਸ਼ਿਸ਼ ਕੀਤੀ ਪਰ ਸੇਤੀ ਉਸੇ ਤਰ੍ਹਾਂ ਦਾ ਸਟਾਈਲ ਵਰਤ ਕੇ ਦੱਸਦਾ ਵੀ ਪੁਆਇੰਟ ਜਿਹੜਾ ਹਰਜੋਤ ਨੂੰ ਦਿੱਤਾ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਮੇਰੇ ਵੀਰੇ ਸੁਖਜੀਤ ਗੁਰਜੀਤ ਕਬੱਡੀ ਪਾਉਂਦਾ ਹੋਇਆ ਗੁਰਜੀਤ ਸਲੀਣ ਲਾਲ ਗਾਨੀ ਮਿੱਤਰਾਂ ਦੀ ਰਾਤੀ ਟੁੱਟ ਗਈ ਨੀਂਦ ਨਾ ਆਈ ਲਾਲ ਗਾਨੀ ਮਿੱਤਰਾਂ ਦੀ ਰਾਤੀ ਟੁੱਟ ਗਈ ਨੀਂਦ ਨਾ ਆਈ ਸਾਡੇ ਵੀਰ ਪ੍ਰਦੀਪ ਦੁਬਈ ਸ਼ਹਿਰ ਤੋਂ ਹੈਪੀ ਦੇ ਬ੍ਰਦਰ ਉਹ ਵੀ ਨੈਟ ਤੇ ਜੁੜ ਚੁੱਕੇ ਨੇ ਧੰਨਵਾਦ ਹੈ ਹੈਪੀ ਆਖਦੇ ਨੇ ਗੁਰਜੰਟ ਸਿੰਘ ਜੰਟਾ ਯੂਕੇ ਵਾਲਾ ਆਪਣੀ ਟੀਮ ਤੇ ਮਾਣ ਕਰਦਾ ਮੇਰੇ ਵੀਰੇ ਬਹੁਤ ਹੀ ਵਧੀਆ ਖਿਡਾਰੀ ਹੈਪੀ ਸਾਡਾ ਵੀਰ ਪੁਆਇੰਟ ਜੀਤੇ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਗੁਰਪ੍ਰੀਤ ਸਿੰਘ ਜੀ ਦੁਬਈ ਸਾਡੇ ਬਹੁਤ ਹੀ ਸਤਿਕਾਰਯੋਗ ਪਿਛਲੇ ਸਾਲ ਵੀ ਸਾਡਾ ਸਾਥ ਦਿੱਤਾ ਉਹਨਾਂ ਨੇ ਉਹ ਵੀ ਨੈਟ ਤੇ ਪ੍ਰਧਾਨ ਸਾਹਿਬ ਜੀ ਕਹਿੰਦੇ ਜੁੜ ਚੁੱਕੇ ਨੇ ਬਹੁਤ ਬਹੁਤ ਮਿਹਰਬਾਨੀ ਗੁਰਪ੍ਰੀਤ ਸਿੰਘ ਜੀ ਦੁਬਈ ਔਰ ਲਓ ਜੀ ਸਾਹਮਣੇ ਕਬੱਡੀ ਦੀ ਗੱਲ ਹਰਜੋਤ ਫੇਰ ਸਾਡੇ ਜੀਤੇ ਨੇ ਕਬੱਡੀ ਪਾ ਦਿੱਤੀ ਹੈ ਕਹਿੰਦੇ ਨੇ ਵੀ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਡਵੈਂਚਰ ਜਿੱਥੋਂ ਦਾ ਦਵਿੰਦਰ ਢਾਂਡਾ ਮੇਰੇ ਵੀਰੇ ਐਡਵੈਂਚਰ ਸ਼ਹਿਰ ਤੇ ਨੈਟ ਨਾਲ ਜੁੜਿਆ ਹੋਇਆ ਹੈ ਨਾਲ ਮੇਰੇ ਵੀਰੋ ਸੋਧੀ ਸਮੱਤੀ ਵਾਲਾ ਸ਼ੇਰਾ ਢਿੱਲੋਂ ਇਹ ਸੋਨੀ ਦਾਦਰ ਉੱਥੇ ਪਹੁੰਚਿਆ ਹੋਇਆ ਹੈ ਜਿਹਨਾਂ ਨੇ ਦਾਸ ਰੂਹੀ ਨੂੰ ਹਾਂਡਾ ਮੋਟਰਸਾਈਕਲ ਦੇ ਕੇ ਅੱਜ ਸਨਮਾਨਿਤ ਕਰਨੇ ਨੇ ਔਰ ਅਗਲੀ ਕਬੱਡੀ ਕਹਿੰਦੇ ਨੇ ਵੀ ਹਰਜੋਤ ਪਾਉਂਦਾ ਹੋਇਆ ਬਹੁਤ ਹੀ ਸੋਹਣੀ ਕਬੱਡੀ ਨਾਲ ਹੀ ਜਲੰਧਰ ਸਿੰਘ ਜੀ ਸਿੱਧੂ ਬਾਬਾ ਫਰੀਦ ਕਬੱਡੀ ਕਲੱਬ ਵਾਲੀ ਮੇਜਰ ਸਿੰਘ ਜੀ ਬਰਾੜ ਸਾਹਿਬ ਔਰ ਨਾਲ ਹੀ ਕੁਲਵਿੰਦਰ ਰੋਮਾਣਾ ਸੁੱਖ ਢਿੱਲੋਂ ਜੀ ਖੇਡ ਪ੍ਰਮੋਟਰਾਂ ਦੀ ਦੁਨੀਆ ਚੋਂ ਗੁਰਮੀਤ ਮੰਡਵਾਲ ਉਹ ਵੀ ਨਿੱਟ ਤੇ ਬੈਠੇ ਨੇ ਮਲਟਨ ਵੈਲੀ ਵਾਲੇ ਜਗਰਾਜ ਬਰਾੜ ਦੀ ਵੀ ਮੇਰੇ ਵੀਰੇ ਆਏ ਹੋਏ ਸਨ ਪਰ ਚੱਲ ਗਏ ਦੇ ਮੈਚ ਦੇਖ ਰਹੇ ਨੇ ਬਹੁਤ ਹੀ ਵਧੀਆ ਜੱਫਾ ਜਿਹੜਾ ਜਿੰਦਰ ਨੇ ਲਾ ਦਿੱਤਾ ਹੈ 1-13 ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਲਓ ਜੀ ਨਾਲ ਹੀ ਮੈਂ ਬੇਨਤੀ ਕਰਦਾ ਹਾਂ ਵੀ ਸਾਡੀ ਕਲੱਬ ਵੱਲੋਂ ਬੇਨਤੀ ਹੈ ਸਾਡੇ ਸਤਨਾਮ ਸਿੰਘ ਜੀ ਨੇ ਦੱਸਿਆ ਸਪੁੱਤੀ ਕਲੱਬ ਦਾ ਫੈਸਲਾ ਹੈ ਜਿਹੜੇ ਦਾਨੀ ਵੀਰ ਹਾਲੇ ਤੱਕ ਪਰਚੀਆਂ ਕੱਟੀਆਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਛੇਤੀ ਅਸੀਂ ਮਾਇਆ ਦੇ ਗੱਫੇ ਜਿਹੜੇ ਪਹੁੰਚਾ ਦੇਵਾਂਗੇ
ਬਹੁਤ ਸਾਰੇ ਸੱਜਣ ਸਾਨੂੰ ਮਾਇਆ ਦੇ ਰਹੇ ਨੇ, ਸੋ ਕਲੱਬ ਵੱਲੋਂ ਉਹਨਾਂ ਦਾ ਧੰਨਵਾਦ ਹੈ। ਪਰ ਜਿਨ੍ਹਾਂ ਵੀਰਾਂ ਦੇ ਹਜੇ ਮਾਇਆ ਦੇ ਗੱਫੇ ਨਹੀਂ ਆਏ, ਜੇ ਪਿੰਡ 'ਚ ਵੀ ਆਵਾਜ਼ ਪਹੁੰਚਦੀ ਹੈ, ਸੋ ਕਿਰਪਾ ਕਰਕੇ ਉਹ ਆਪਣੀ ਪਰਚੀ ਦੇ ਲਿਖੀ ਰਾਸ਼ੀ ਅਨੁਸਾਰ ਜਿਹੜੇ ਮਾਇਆ ਦੇ ਗੱਫੇ ਦੇ ਦੇਣ। ਔਰ ਤਾਂ ਕਿ ਮੇਰੀ ਵੀਡੀਓ ਆਪਣਾ ਇਹ ਖੇਡ ਮੇਲਾ ਇਸੇ ਤਰ੍ਹਾਂ ਹਰ ਸਾਲ ਹੁੰਦਾ ਰਹੇ। ਸੋ ਜੇ ਬਾਈ ਜੀ ਬਾਅਦ ਦੇ ਵਿੱਚ ਕੋਈ ਇਤਰਾਜ਼ ਨਾ ਕਰੇ ਕਿ ਉਹਨਾਂ ਦੀ ਲਿਸਟ ਬੋਲੀ ਜਾਵੇਗੀ ਜਿਹਨਾਂ ਦੇ ਅੱਜ ਪੈਸੇ ਸਾਨੂੰ ਨਹੀਂ ਆਏ, ਬਾਅਦ ਦੇ ਵਿੱਚ ਕੋਈ ਇਤਰਾਜ਼ ਨਾ ਕਰੇ, ਮਾਇੰਡ ਨਾ ਕਰੇ ਕਿ ਮੈਂ ਤਾਂ ਪੈਸੇ ਦੇ ਦੇਣੇ ਸੀ, ਤੁਰ ਨਹੀਂ ਲੱਗਾ ਸੀ, ਤੁਸੀਂ ਮੇਰਾ ਨਾਂ ਕਿਉਂ ਬੋਲਿਆ। ਸੋ ਰਿਕੁਐਸਟ ਹੈ ਮੇਰੇ ਵੀਰੋ, 1 ਵਜੇ ਤੋਂ ਬਾਅਦ ਇਹ ਲਿਸਟ ਜਿਹੜੀ ਬੋਲੀ ਜਾਵੇਗੀ, ਉਦੋਂ ਤੱਕ ਜਿਹਨਾਂ ਦੇ ਪੈਸੇ ਰਹਿੰਦੇ ਨੇ ਪਰਚੀਆਂ ਕੱਟੀਆਂ ਨੇ, ਕਿਰਪਾ ਕਰਕੇ ਉਹ ਮਹਾਨ ਸ਼ਖਸੀਅਤਾਂ ਆਪਣੀ ਮਾਇਆ ਰਾਸ਼ੀ ਜਿਹੜੀ ਸਾਡੇ ਕਲੱਬ ਨੂੰ ਪਹੁੰਚਾਉਣ ਦੀ ਕਿਰਪਾਲਤਾ ਕਰਨ। ਲਓ ਜੀ ਸਾਹਮਣੇ ਮੇਰੇ ਵੀਰੋ, ਬਹੁਤ ਹੀ ਸੋਹਣਾ ਖਿਡਾਰੀ, ਬੜਾ ਮਾਣ ਆਪਣੀ ਸੁਬੁੱਧੀ ਟੀਮ ਨੂੰ ਹੈ। ਹਰ ਨਾਲ ਮੇਰਾ ਵੀਰ ਅਮਰੀਕ ਖੁਸ਼ ਹੈ, ਉਹਨਾਂ ਦਾ ਵੀ ਧੰਨਵਾਦ ਕਰਦਾ ਹੈ। ਲਓ ਜੀ ਅਗਲੀ ਕਬੱਡੀ ਜੀਤਾ ਪਾਉਣ ਦੇ ਲਈ ਵਾਧਾ ਹੋਇਆ। ਉਸ ਤੋਂ ਬਾਅਦ ਅਗਲਾ ਜਿਹੜਾ ਮੈਚ ਹੈ ਜਨੇਰ ਵਰਸਸ ਸ਼ੂਸ਼ਕ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ। ਇੱਕ ਪਾਸੇ ਕਹਿੰਦੇ ਨੇ ਵੀ ਹੈਪੀ ਹੈ, 2 ਨੰਬਰ ਤੇ ਅਮਨ ਹੈ, 3 ਨੰਬਰ ਤੇ ਰਾਜਪਾਲ ਤੇ ਪਹਿਲੀ ਕੰਨੀ ਤੇ ਬਿਸਟ ਜਾਫੀ ਬਾਗੇ ਪੁਰਾਣੇ ਦਾ ਗੇਲੂ ਕੜਿਆਲ ਵਾਲ ਹੱਥੇ ਰੱਖ ਹੈਪੀ ਨਾਲ ਹੱਥ ਜੋੜੇ ਨੇ। ਗਿੱਲ ਪਰਿਵਾਰ ਦਾ ਸਰਦਾਰ ਕਾਕਾ ਸਿੰਘ ਦਾ ਪੁੱਤਰ ਮੇਰੇ ਵੀਰੇ ਸੋਹਣੀ ਕਬੱਡੀ ਖੇਡਦਾ, ਬਹੁਤ ਹੀ ਸੋਹਣਾ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਹਰਜੋਤ ਸਿੰਘ ਪਾ ਫਿਰ ਕਬੱਡੀ, ਕਹਿੰਦੇ ਹੱਥ ਚੁੰਮਣ ਵਾਲੇ ਵੀ ਹੱਥ ਟੁੱਟ ਜਾਂਦੇ, ਹੱਥ ਯਾਰ ਦਾ ਜਦੋਂ ਕਿਤੇ ਤੰਗ ਹੋਵੇ, ਵਕਤ ਪਏ ਤੋਂ ਮਦਦ ਮੰਗਣੀ ਕੀ, ਫੋਨ ਯਾਰ ਦਾ ਅੱਗਿਓਂ ਬੰਦ ਹੋਵੇ, ਪੱਤਾਂ ਦੇ ਜ਼ੋਰ ਨਾਲ ਵੱਜਦੀ ਹੈ ਛਾਲ ਸੁੱਖਿਆ, ਭਾਵੇਂ ਸਾਹਮਣੇ 20 ਫੁੱਟ ਦੀ ਕੰਧ ਹੋਵੇ। ਅੱਜ ਮੇਰੇ ਵੀਰੋ ਪੱਤਾਂ ਦੇ ਜ਼ੋਰ ਨਾਲ ਡਾਲਿਆਂ ਦੀ ਜਾਨ ਦੇ ਨਾਲ ਕਬੱਡੀ ਜਿਹੜੀ ਅਰਸ਼ ਅਰਸ਼ ਪਹੁੰਚ ਚੁੱਕੀ ਹੈ। ਸਾਡੇ ਕੋਟੀ ਸੇਖਾ ਸਿੰਘਪੁਰਾ ਮੁੰਨਣ ਮਨਾਵਾ ਦਾਤਾ ਰੰਡਿਆਲਾ, ਔਰ ਨਾਲ ਹੀ ਮੇਰੇ ਵੀਰੋ ਜਨੇਰ ਦੀ ਗੱਲ ਹੋਵੇਗੀ, ਔਰ ਨਾਲ ਖੋਸਾ ਰਣਧੀਰ ਖੋਸਾ ਪਾਂਡੋ, ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਇਹ ਲਾਈਵ ਚੱਲ ਰਿਹਾ, ਬਹੁਤ ਬਹੁਤ ਧੰਨਵਾਦ ਹੈ। ਹੋਰ ਵੀ ਪਿੰਡਾਂ ਦੇ ਵਿੱਚ ਜਿਹੜਾ ਇਹ ਲਾਈਵ ਚੱਲ ਰਿਹਾ ਟੀਵੀ ਚੈਨਲਾਂ ਦੇ ਰਾਹੀਂ, ਸਾਡੇ ਬਜ਼ੁਰਗ ਜਿਹਨਾਂ ਤੋਂ ਨਹੀਂ ਆਇਆ ਜਾਂਦਾ ਮੈਚ ਦੇਖ ਰਹੇ ਨੇ ਮੇਰੀਆਂ ਬੀਬੀਆਂ ਭੈਣਾਂ, ਸਾਡੀ ਇਸ ਕਲੱਬ ਵੱਲੋਂ ਪ੍ਰਧਾਨ ਨਿਰਮਲ ਸਿੰਘ ਜੀ ਕਲੇਰ ਸਾਹਿਬ ਔਰ ਉਹਨਾਂ ਦੀ ਸਮੁੱਚੀ ਆਰਗਨਾਈਜ਼ਰ ਕਲੱਬ ਵੱਲੋਂ NRI ਵੱਲੋਂ ਵੀ ਇਹਨਾਂ ਸਾਰੀਆਂ ਸ਼ਖਸੀਅਤਾਂ ਨੂੰ, ਚਾਹੇ ਉਹ ਨੈੱਟ ਤੇ ਬੈਠੇ ਨੇ ਚਾਹੇ ਉਹ ਘਰ ਟੀਵੀ ਤੇ ਬੈਠੇ ਮੈਚ ਦੇਖ ਰਹੇ ਨੇ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਗਲੀ ਕਬੱਡੀ ਫਿਰ ਪਵੇਗੀ। ਬਲਜਿੰਦਰ ਸਿੰਘ ਸਾਨੂੰ ਸਰਦਾਰ ਹਾਕਮ ਸਿੰਘ ਜੀ ਮਨੀਲਾ ਤੋਂ, ਉਹ ਵੀ ਸਾਡੇ ਨਾਲ ਨੈੱਟ ਤੇ ਜੁੜ ਚੁੱਕੇ ਨੇ, ਗੋਪੀ ਆਖਦੇ ਨੇ, ਲੋਹਾਰਾ ਪਿੰਡ ਹੈ ਮੇਰੇ ਵੀਰੋ,
ਜਿੱਥੇ ਸਰਦਾਰ ਚਮਕੌਰ ਸਿੰਘ ਜੀ ਸੰਘਾ ਸਾਹਿਬ ਹਰ ਸਾਲ ਬਹੁਤ ਹੀ ਤਕੜਾ ਖੇਡ ਮੇਲਾ ਫਕਰ ਬਾਬਾ ਦਾਮੋਦਰ ਜੀ ਦੀ ਕਿਰਪਾ ਸਦਕਾ ਕਰਵਾਉਂਦੇ ਨੇ ਬਾਲਾ ਲੋਹਾਰੀ ਵਾਲ ਇੱਧਰ ਚੀਤੇ ਨੇ ਕਬੱਡੀ ਪਾ ਦਿੱਤੀ ਹੈ ਜਿੱਥੇ ਬਲਵਿੰਦਰ ਸਿੰਘ ਸਾਨਵ ਸਰਦਾਰ ਹਾਕਮ ਸਿੰਘ ਜੀ ਮਨੀਲਾ ਚ ਜੁੜੇ ਨੇ ਹਰਦੀਪ ਸਿੰਘ ਤੂਰ ਮਨੀਲਾ ਤੋਂ ਜੁੜੇ ਨੇ ਉੱਥੇ ਸਾਡੇ ਵੀਰ ਜਸਵਿੰਦਰ ਸਿੰਘ ਮਨੀਲਾ ਕੜਿਆਲ ਮੇਰੇ ਵੀਰ ਚਮਕੌਰ ਸਿੱਧੂ ਤਾਦਰ ਪਿੰਡ ਹੈ ਔਰ ਪਾਂਟੀ ਮੌੜ ਦਾ ਭੇਵਰ ਦਿਲਬਾਗ ਸਿੰਘ ਮਨੀਲਾ ਕੜਿਆਲ ਨੈਟ ਤੇ ਬੈਠੇ ਮੈਚ ਦੇਖ ਰਹੇ ਨੇ ਧੰਨਵਾਦ ਹੈ ਬਹੁਤ ਬਹੁਤ ਮਿਹਰਬਾਨੀ ਬਹੁਤ ਹੀ ਸੋਹਣਾ ਪੁਆਇੰਟ ਰਾਜਪਾਲ ਨੇ ਲਾ ਦਿੱਤਾ ਪਿਤਾ ਜਲਾਵ ਸਿੰਘ ਮਾਣ ਕਰਦਾ ਆਪਣੇ ਇਸ ਪੁੱਤਰ ਤੇ ਅਗਲਾ ਮੈਚ ਜਿਹੜਾ ਹੋਵੇਗਾ ਇਹ ਮੈਚ ਜਨੇਰ ਵਰਸ ਸ਼ੂਸ਼ਕ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ ਜਨੇਰ ਵਰਸ ਸ਼ੂਸ਼ਕ ਆ ਜਿੱਤੀ ਕਿਹੜੀ ਟੀਮ ਹੈ ਜੀ ਕੜਿਆਲ ਵਾਲੇ 500 ਰੁਪਇਆ ਲੈ ਜਾਣ ਕਰਨਪਾਲ ਸਿੰਘ ਜੀ ਤੂਰ ਕਨੇਡਾ ਤੇ ਨਾਲ ਹੀ ਰੇਸ਼ਮ ਸਿੰਘ ਜੀ ਤੂਰ ਕਨੇਡਾ ਜੋ ਨੈਟ ਤੇ ਬੈਠੇ ਮੈਚ ਦੇਖ ਰਹੇ ਨੇ ਉਹਨਾਂ ਵੱਲੋਂ 500 ਰੁਪਇਆ ਕੜਿਆਲ ਦੀ ਜਿਹੜੀ ਟੀਮ ਨੂੰ ਦਿੱਤਾ ਗਿਆ ਬਾਬੇ ਨੂੰ ਪਤਾ ਕਮਾਉਣਾ